ਓਏ ਹੋਏ ਪਤਾ ਨਹੀਂ ਕੀ ਇਹ ਪੇਟ ਚ ਦਰਦ ਕਿਉਂ ਦੀ ਪਾਈ ਏ ਉਧਰ ਸ਼ੇਰ ਨੂੰ ਦਰਦ ਹੋਦਰ ਪੇਟ ਚ ਦਰਦ ਖਾ ਢਾਕ ਲਈ ਹੁਣ ਪੇੜੇ ਦਰਦ ਹੋਵੇਂ ਲੱਗ ਪਈ ਤੇਰੇ ਚੋ ਤੇ ਖਾ ਲਿਆ ਤਾਂ ਕੋਈ ਗੁਨਾਹ ਨਹੀਂ ਕਰ ਲਿਆ ਗੁਨਾਹ ਨਹੀਂ ਕਰ ਲੈ ਤਾ ਵੰਡੇ ਖਾ ਦੋਣੇ ਨੂੰ ਤੇਰੀ ਮਾਂ ਖਾ ਦੋਣੇ ਨੂੰ ਤੇ ਅੰਮਾ ਮੈਂ ਹੀ ਕਰੈਨੀ ਆ ਤੇ ਮੈਂ ਹੀ ਤੋਲ ਇੰਨੀ ਆ ਭਾਂਡੇ ਸਬਰ ਵੀ ਕੀਤਾ ਕਰ ਖਾਵਾਂ ਤੂੰ ਪਾਇਆ ਤਾਂ ਸੇਰ ਕੋਈ ਨਹੀਂ ਆ ਬੱਦ ਦੋਤ ਨਾ ਕਿ ਦੇਂਦਾ ਰਾਦ ਆਇਆ ਯਾ ਖਾਂਦੀ ਉਹਨੇ ਤਾਂ ਮੰਜੀ ਤਾਂ ਬਾਹ ਜਾਣੀ ਐਦੂ ਪੀੜ ਐ ਐਦੂ ਪੀੜ ਐ ਪਰ ਕੋਈ ਨਹੀਂ ਹੁੰਦੀ ਤੇ ਅੰਮਾ ਤੂੰ ਜਾਣੇ ਕੀ ਐ ਚਾਂਦੇ ਕੀ ਕਰਨੀ ਐ ਜੂਰਾ ਨਹੀਂ ਐ ਇੱਥੇ ਤਾਂ ਆਏ ਨੇ ਨਹੀਂ ਤੂੰ ਵੇਖ ਲੈ ਸਾਡੇ ਘਰ ਤੋਂ ਕੱਖ ਵੀ ਨਹੀਂ ਛੱਡਿਆ ਤੇ ਨਾ ਪੱਲੇ ਸਾਡੇ ਕੋ ਛੱਡਿਆ ਅਗਿਆ ਤਾਂ ਤੁਹਾਡੇ ਘਰ ਚਾਹ ਨਾ ਬੈਂਕਾ ਚਲਦੀ ਆ ਪਈਆ ਤੋ ਮੈਂ ਛੱਡੀ ਕੱਖ ਵੀ ਨਹੀਂ ਨਹੀਂ ਇਹੀਂ ਜਾ ਪੜਾ ਸਾਡਾ ਘਰ ਜਾ ਹੀ ਮੇਰਾ ਪੁੱਤਰਾ ਜਿਵੇਂ ਹੁਣ ਘਰ ਛੱਡੇ ਤੋ ਹੋਇਆ ਵਦਾ ਉਹ ਤਾਂ ਖੁਦਾ ਤੂੰ ਇੰਜੇ ਆ ਬੇਤ ਤੂੰ ਨਾ ਇੰਜੇ ਹੋਈ ਪਈ ਦਿਆਂ ਜਮ ਜਮ ਕਤ ਐਦ ਕੀ ਤੋ ਦੇ ਜਮ ਮਿਹਨਤ ਤੇ ਰਾਜਾ ਸ਼ਰਮਾ ਕਰਨਾ ਨਾ ਉਹ ਮਰੇ ਅੱਲਾ ਨੂੰ ਪਤਾ ਇਹ ਮੈਨ ਪਤਾ ਅੱਛਾ ਤੋ ਹੁੰਦੀ ਜਮ ਲੱਗ ਗਿਆ ਤੁਹਾਨੂੰ ਪੜੀ ਪਈ ਹੁੰਦੀ ਏ ਤੀ ਸਾਨ ਬਹੁਤ ਚਾਹੀਦਾ ਅੱਲਾ ਸੋਹਣਾ ਪੁੱਤਰ ਹੁੰਦੇ ਮੈਂ ਕੜ ਕੇ ਪਾ ਨਹੀਂ ਪਾਵਣਾ ਹਾਂ ਗਾੜ ਕੇ ਕੋਈ ਪੁੱਤਰ ਆਵੇ ਐਯਾ ਪੁੱਤਰ ਦੀ ਆਰਥਾਨ ਹੋ ਜਤਾਈ ਲਈ ਬੇਟੀ ਪੱਤਾ ਦੀ ਤਤੀਆ ਵੀ ਨਹੀਂ ਰਾਂਦੀ ਆ ਪਾਈਆ ਖਾ ਪੀ ਲਿਆ ਤੇ ਉਹ ਕੇ ਮੰਜੇ ਤੇ ਚਾੜ ਕੇ ਤੇ ਬਾਹਰ ਆ ਐਦੂ ਪੀੜ ਹੁੰਦੀ ਪਾਈ ਬਹਾਲਾ ਮੈਨਾਂ ਭੁੱਲਦਾ ਨਹੀਂ ਤੈਨੂੰ ਹਜ਼ਾਰ ਵੜ ਜਾਂਦਾ ਉਸੇ ਵੇਲੇ ਆ ਦੂਸੇ ਤਾਂ ਦਵਾਈਆਂ ਲੈ ਲੈ ਕੇ ਮੇਰੇ ਟੇਗ ਲਾਇਆ ਨਾ ਦੇ ਆ ਬਈਆ ਦਵਾਈ ਇਹ ਤਾਂ ਖਾਲਾ

ਰੋਣਾ ਕਰ ਬਾਵਨਾ ਵਿਜੇ ਖੰਦੀ ਅੰਦੀ ਤੋਂ ਤੇ ਵੇਲੇ ਨੁਦਰਾ ਸ਼ੁਰੂ ਹੋ ਜਾਂਦੀ ਤੇ ਮੱਠੀ ਬੋਲੇ ਕਿ ਤਕੋ ਅਗਲੀ ਭੈਣ ਨਹੀਂ ਝੁਣੀਂਦੀ ਤੇ ਸੁਣਾ ਭਾਈ ਭੈਣੀ ਭੈਣੀ ਨੂੰ ਪਤਾ ਜਦੋਂ ਖਣੀ ਪਰਨਾ ਨਹੀਂ ਪਤਾ ਵੇ ਪੁੱਤਰ ਮੰਗਦੀ ਪਾਈ ਏ ਧੀਆਂ ਤਾਂ ਤਾਂ ਨਫ਼ਰਤ ਕਰਦੀ ਏ ਮਾਂ ਵੀ ਕਿਸੇ ਦੀ ਜੰਮੀ ਕੋਈ ਨਹੀਂ ਤੂੰ ਵੀ ਕੋਈ ਨਹੀਂ ਜੰਮੀਆ ਜੰਮੀ ਆਇਆ ਤਾਂ ਇਹ ਨਹੀਂ ਮੋੜ ਜੰਮੀ ਆਇਆ ਤੂੰ ਕਤਵੇਂ ਦਾਦਾ ਲਾਲਾ ਖਤਰਲਾ ਪੁੱਤਰ ਚ ਨਹੀਂ ਤਾਂ ਤੂੰ ਕੋਈ ਨੂੰ ਜੰਮੀ ਕਿਸੇ ਦੀ ਕੋਈ ਆਰਾਮ ਸਕੂਨ ਕੀਤਾ ਕਰ ਮੇਰੀ ਮਾਂ

ਤਾਰਾ ਵੇ ਇਹਦਾ ਪੁੱਤਰਾ ਆ ਕੇ ਨਾ ਤੁਹਾਡੀਆਂ ਮੰਝੀਆਂ ਫਾਦ ਬਾਨੀਆਂ ਸਾਡੇ ਖੇਰ ਚ ਗੜਾ ਪਿਆ ਸਾਡੇ ਸਰਚ ਗੜਾ ਪਿਆ ਤੇ ਸਾਡੀ ਕਿਸਮਤ ਆ ਰਹੀ ਜਿਹੜਾ ਤੈਨੂੰ ਅਸਾ ਲਾਇਆ ਅੰਦਾ ਪਰ ਨਾ ਮੇਰੇ ਮਾਰਾ ਰੱਬ ਨੇ اولاد ਦੇ ਮਨਿੰਦੀਏ ਜੋ ਦੇਵਨਾ ਖੁਦਾ ਦੇਵਨਾ ਰੱਬ ਵੀ ਦੇਣੀ ਹੁੰਦੀ ਤਾਂ ਕੋਈ ਨੀਤਾਂ ਨਹੀਂ ਫਾਲ ਲੱਗਦਾ ਹਾਂ ਉਹ ਮੈਂ ਨੀਅਤ ਕਰਕੇ ਪੋਥ ਕੜ ਕੇ ਪਾਵਣਾ ਤੇ ਮੋੜ ਤੈਨੂੰ ਮੈਂ ਚੋਲੀ ਚ ਜਾਂਦਾ ਸਪੋਤਰਾ ਵਾ ਮੁੱਕੀ ਨਾ ਤਾਂ ਮੈਂ ਹੁੰਦਾ ਸਾਖ ਦੇਣਾ ਟੱਟ ਆ ਦੇਣਾ ਉਹ ਵਾਜੇ ਨੇ ਚ ਰੱਖੀ ਹੋਈ ਏ ਤੂੰ ਹੋਏ ਕਰਨਦੀ ਯਮਨੀ ਤੇ ਮੋਰ ਮਾ ਚੰਗਾ ਕਰਨਦੀ ਪਾਈਆ ਜਿਤੀ ਜਾ ਵੈਸੀ ਥਾਂ ਮ ਹੁੰਦਾ ਸੱਚਾ ਦੇਸਾ ਤੂੰ ਕੀ ਆਨਾ ਤੂੰ ਦਸ ਪਹਿਲੇ ਵੀ ਤੂੰ ਕੀ ਆਨਾ ਅਲਾ ਮਾਈ ਘਰ ਜਾਂਦਾ ਪਿਆ ਹਮ ਇੱਕ ਦੋ ਸੇਰ ਪਰ ਮਤਨ ਉਲਟਾ ਚਾਲਿਆ ਨਿੰਦਾ ਇਹ ਦੋ ਸੇਰ ਨਹੀਂ ਪਾੜੇ ਮਾਇਓ ਨੇ ਹੋਈ ਆਖੇ ਬਿ ਕਹਾਵੀ ਲੈ ਨੀ ਤੋ ਕੋ ਬੰਡਾ ਧੋ ਲੈ ਜੇ ਕੋ ਲੋ ਕਰਦਾ ਤੇਲਾ ਦੇ ਲਿਆ ਯੇ ਕੋ ਰਾਂ ਦੀ ਸਾਰਾ ਕਰਕੇ ਤੇ ਮੇਰੇ ਅੱਗੇ ਰੱਖੋ अच्छा अम्मा तू तो के मीरा किता मैं दस तू किता ठीक है कीता सही है मेरा सही ना ही कोई नहीं तू ही की सर बोल ले तो वो कर लो अपने हाथी चाड़े हो आई भी जा बेड़ा च तो भी शुरू हो जा शुरू हो जांदा ठीक है ना

चलो मैं तो किसे खाते कोई पुत्तर पुत्र ते तेरा किसे खाते तो... पुछना तीया क्यों पी जमी किस मैं किसमत नहीं मेरे नु की है, कोड़ा है।, कोड़ा? है? ना ਦੇ ਉਹਨਰ ਦੇਣੀ ਕਿਸਮਤ ਹੁੰਦੀ ਐ ਪਿਓ ਦੀ ਔਲਾਦ ਪਿਓ ਦੀ ਕਿਸਮਤ ਚ ਹੁੰਦੀ ਐ ਠੀਕ ਐ ਨਾ ਤੇ ਇਹ ਆਵੇ ਪੋਤਰਾ ਆਵੇ ਉਹ ਪਿਓ ਤੇ ਕਿਸਮਤ ਚ ਹੁੰਦਾ ਪਿਓ ਦਾ ਚ ਵੀ ਹੁੰਦਾ ਤਾਂ ਕੋਈ ਘਰ ਦੇ ਆਂਦੇ ਵੀ ਨੀਤਾ ਸਿੱਧੀਆਂ ਹੁੰਦੀਆਂ ਉਹ ਮੇਰੇ ਖੁਦਾ ਚ ਹਲੇ ਪਰ ਨਹੀਂ ਰੋਣਾ ਮੋੜੋ ਮੇਰੀ ਮਾਂ ਮੈਂ ਜੂ ਤੈਨੂੰ ਆਖਿਆ ਇਹ ਤੇ ਜੁੰਨੇ ਚ ਫਾਦ ਕੇ ਤੇ ਇੱਥੇ ਵੇੜੇ ਧਰੀ ਕੋ ਇਹਨੂੰ ਕੱਢ ਇਥੋਂ ਮੈਂ ਤੂੰ ਮੇਰੀ ਇੱਕ ਕੀ ਨਹੀਂ ਹੁੰਦੀ ਮੈਂ ਕੀ ਕਰਾਂ ਮੈਂ ਹਣ ਕੀ ਦਸ ਰੋਟੀ ਖਾਂਦੀ ਆਈ ਆਏ ਮੈਂ ਫੇੜ ਹੁਣ ਤੋ ਕੀ ਹੁਣ ਮੈਂ ਉੱਠੀ ਉੱਠ ਨਾ ਇਨ ਚਾਈ ਮਾ ਹੱਥ ਲਾਇਆ ਨਾ ਤਾ ਮੈਂ ਤੇਰੇ ਤਾਂ ਕੇਸ ਕਰ ਛੜਨਾ ਨਾ ਆਖ ਨਾ ਗਲੀਆਂ ਵੀ ਤੀਆਂ ਮੇਰੀਆਂ ਨਾ ਮਾਰੀਆਂ ਕੇ ਕੇਸ ਕਰ ਛੜਨਾ ਮੈਂ ਤੂੰ ਇਥੇ ਗਲੀਆਂ ਦੇ ਦਰਿਕ ਸੰਗਿਆ ਤੂੰ ਮੈਨੂੰ ਦਰਿਕ ਤੂੰ ਇਦਾ ਕਿਦਾ ਖੁਲਾਨਾ ਕਿ ਨਿਸ਼ਾਨ ਕੇਸ ਤੂੰ ਕਿਹੜੇ ਸ਼ਾਦਾ ਸਾਡੇ ਤਾਂ ਕਰਨਾ ਹੈ ਤੂੰ ਸਾ ਮੇਰੀਆਂ ਤੀਆਂ ਮਾਰੀਆਂ ਮੈਂ ਯਾ ਅੱਖ ਨਾ ਉਹ ਸਦਾ ਕੋਰਾ ਵੀ ਨਹੀਂ ਕੀਤਾ ਤੂੰ ਸਾ ਲੈਈਂ ਤੀਆਂ ਮਾਰ ਛੜੀਂ ਮਾ ਵੀ ਕੋਈ ਨਹੀਂ ਲੱਗਦਾ ਮਾ ਤਾਂ ਹੋਸ਼ ਵਿੱਚ ਕੋਈ ਨਹੀਂ ਕਿ ਨਾ ਮਰਦੀਆਂ ਨਾ ਕੋਈ ਲੈ ਕੇ ਦੂਰ ਹੋ ਜਾ ਮੁਸੀਬਤ ਆਈ ਸਾਨੂੰ ਇੱਥੋਂ ਖੜੀ ਕਰਿੰਦੀ ਆ ਜਾਵਾਂਗੀ ਜਿਹਦਾ ਮੈਨੂੰ ਵੀ ਕਾਇਸ਼ਾ ਦਿੱਤੀ ਨੇ ਠੀਕ ਹੈ ਨਾ ਆ ਤੁਹਾਡੀ ਔਲਾਦ ਜਿਹੜੀ ਨਸਲ ਆ ਨਾ ਇਹ ਤੁਹਾਡੇ ਮੱਥੇ ਮਾਰ ਕੇ ਇੱਥੇ ਜਾਵਾਂਗੀ ਮਾ ਵੀ ਅੰਜ ਕੋਈ ਨਹੀਂ ਜਾਣਾ ਸੋਇਆ ਜਾਈਆਂ ਨੋ ਤੇ ਇਨਾਂ ਨੂੰ ਨਾਲੇ ਲੈ ਕੇ ਜਾਵਣੀ ਤੇ ਮੇਰੀ ਇੱਕ ਗੱਲ ਹੋਰ ਸੁਣ ਲਾ ਜੇ ਅਗਰ ਤੂੰ ਚੂਚਣਾ ਕੀਤੀ ਤਾਂ ਉੱਥੇ ਪੱਖੇ ਨਾਲ ਟਾਂਗ ਕੇ ਮਾਰ ਗਤ ਸਾਂ ਨਿਕਲਣ ਵਾਲੀ ਕਰੀ ਠੀਕ ਹੈ ਠੀਕ ਹੈ ਤੂੰ ਮੈਨੂੰ ਪੱਖੇ ਨਾਲ ਟਾਂਗ ਕੇ ਮਾਰ ਮਾਂ ਵੀ ਇੰਜ ਹੁਣ ਬਿਆਨ ਦੇ ਸਭ ਮੈਨੂੰ ਮਾਰਨ ਦੀ ਕੋਸ਼ਿਸ਼ ਹੈ ਮਾਂ ਪੁੱਤ ਕਰਦਾ ਬਿਆਨ ਤੂੰ ਦੇਣੇ ਨਾ ਮੈਂ ਤੈਨੂੰ ਜ਼ਬਰਦਸਤ ਇਹੀ ਜਗਾ ਬਿਆਨ ਤੂੰ ਦੇ ਹੱਥ ਨਾ ਲਾਮੀ ਪਈ ਹੱਥ ਨਾ ਲਾਮੀ ਪਈ ਸ਼ਿੰਗਰਦੀ ਆਈ ਮੇਰੇ ਵਿੱਚ ਇਤਲੀ ਤਮੀਜ਼ ਹੀ ਕਾਇਮੀ ਵੱਡੇ ਰੀ ਕੀ ਦੀ ਤਮੀਜ਼ ਨਹੀਂ ਤਰਚ ਹਾਂ ਜਿਹੜਾ ਪਿਆਨਾ ਪੁੱਤਰ ਜੰਮੇ ਤੀ ਨਾ ਜੰਮ ਤੀਆਂ ਤਾਂ ਥੋੜ ਨੂੰ ਡੀਆਂ ਕੌੜੀਆਂ ਲੱਗਦੀਆਂ ਮੰਗੇ ਸਬੰਦ ਕਰ ਆਪਣਾ ਮੈਂ ਤੇਰੀ ਜ਼ਬਾਨ ਛੇਕ ਲੀ ਜਾਉ ਜਿੰਝਾ ਤਾ ਬਾਕ ਤਾਂ ਨੂ ਦੇਵੀਂ ਤਾ ਲੈ ਤੂੰ ਔਖੀ ਹੈ तू साथ ते साथ आगे आगे? आगे ए डाके त खुलन दे ने कमा के मिनो कमा के मैनो दिन ना कमा दी चाली चपे तू के खान दे है मांग के लाय नहीं है कमाइंदा मैं या तेरे पे के आके कमा के इथे दे जांदे नो ओ मैं मां नु देवा या पियो नु देवा या भिरावा नु देवा तू कौन होनी है भाई तू पूछण आ री अच्छा मैं औलाद कोई नहीं तेरी जम दे मेरा हक कोई नहीं लाय खाले तू तो औलाद कोई नहीं जम पई मां देनदा ए ਤੁਸਾਂ ਆਜ਼ਾਬ ਮੇਰੇ ਗਾਲ ਘਤਿਆ ਮੈਨੂੰ ਕੋਈ ਪਤਾ ਨਹੀਂ ਆਇਆ ਇਸ ਤੋਂ ਪਹਿਲੇ ਕਿ ਮੈਂ ਇਹਦਾ ਗੋਡ ਬਾਹਰ ਛਡਾਉ ਤੇ ਆਪਨਾ ਇਹਨੂੰ ਆਖ ਇਥੋਂ ਨਿਕਲ ਜਾਵੇ ਜੋਂ ਮਾ ਆਖ ਦੇਦ ਕੀ ਦੇ ਜਮੀ ਆਈ ਨਾ ਤੇ ਗਾਈ ਜਾ ਹੋਰੀ ਬੂਆ ਵੇਖਣੀ ਆ ਸਾ ਕੋਈ ਨੋ ਤੈਨ ਰਖਣਾ

ਪੂਰੇ ਥੇ ਦੇ ਵਿੱਚ ਮੈਂ ਚਾਰ ਕਿਲੇ ਆ ਗਾ ਵਦੋਂਾਂ ਤੇ ਪਿੱਛਾ ਵਦੀ ਹੁੰਦੀ ਉਹ ਸਾਲਾ ਤੇਰਾ ਦਾਦ ਕਾ ਇਨਾਨ ਖੜੋਂਦੇ ਬਹੁਤ ਚੰਗਾ ਘਾਰੀ ਨੇ ਤੇ ਬਹੁਤ ਚੰਗੀ ਤਮਾਰਾ ਰਾਲਾ ਨਹੀਂ ਆਈ ਤੇ ਤੁਹਾਡੀ ਨਸੱਚਾ ਹੈ ਤੋ ਚਾ ਰਿਸ਼ਤਾ ਲਾ ਬਣਾਈ ਤੂੰ ਨਾ ਜਲਾ ਨਸ ਲਾਲ ਨਾ ਜਾ ਨਾ ਜਬਾ ਸਮਾਰਕ ਨਾਲ ਕੀਤਾ ਓਏ ਇੱਕ ਨੂ ਲਦੀ ਕੀ ਦੁਆ ਜਿਹੜੀ ਮੇਰੇ ਗਾਲ ਗੱਤੀ ਨੇ ਓਏ ਬਾਦ ਕਿਆ ਕਰੇ ਵੇਸਾ ਹੀ ਆਰਾਮ ਦੇ ਓਏ ਭੈਣ ਓ ਨਾ ਖੈਦਾ ਬਹੁ ਚੰਗਾ ਰਿਸ਼ਤਾ ਨੇ ਤੋ ਤੁਹਾਡਾ ਕਰੈ ਨਾ ਉਹ ਬੰਦਾ ਆ ਕੇ ਥੱਕਿਆ ਆ ਹਮਦਾ ਤੇ ਘਰ ਕੰਜਰ ਖਾਨਾ ਸ਼ੁਰੂ ਹੁੰਦਾ ਜੂਦ ਆਈ ਅਕਲ ਲੈਣਾ ਕੁ ਵੀ ਨਹੀਂ ਚੰਗਿਆ ਨਹੀਂ ਬਹੁ ਚੰਗਰ ਪਤਾ ਲੱਗ ਗਿਆ ਜਿਤਨੇ ਤੁਸੀਂ ਚੰਗਿਆ ਕਿਹੜੀ ਸ਼ਾਤ ਹੈ ਘਰ ਨਹੀਂ ਲੱਭਿਆ ਤੂੰ ਲੋਕ ਕਰਾ ਦੇ ਮੈਨੂੰ ਸਾਰਾ ਪਤਾ ਉੱਤ ਜਿਹੜੀਆਂ ਨੋਹਾਂ ਕਰਦੀਆਂ ਨੂੰ ਉਹਨਾਂ ਦਾ ਵੀ ਤਾਂ ਪਤਾ ਹੋਣਾ ਚਾਹੀਦਾ ਕਦੀ ਆਪਣਾ ਵੀ ਤਾਂ ਦੱਸਿਆ ਬੇ ਮੈਂ ਘਰ ਇਹ ਕਿਹੜੀ ਕਾਰ ਕਰਦੀਆਂ ਹੈ ਹਾਂ ਹਮੇਸ਼ਾ ਅਗਲੇ ਹੀ ਗੰਦੇ ਤੇ ਘੋੜੇ ਲੱਗਦੇ ਮੈਂ ਚੰਗਾ ਪਿੱਟ ਨਹੀਂ ਮੈਨੂੰ ਕਿਉਂ ਰੋਜ਼ਾਨਾ ਸੁਣਾਉਂਦੇ ਪੁੱਤਰ ਆਵੇ ਤੀ ਨਾ ਆਵੇ ਪੁੱਤਰ ਆਵੇ ਇਥੇ ਕੜ ਕੇ ਪਾਇਏ ਪੁੱਤਰ ਤਨ ਮੈਂ ਕੜ ਕੇ ਦਵਾ ਬਕਵਾਸ ਬੰਦ ਕਰੋ ਤੇਰੀ ਜ਼ਬਾਨ ਬਹੁ ਵਧਦੀ ਜਾਂਦੀ ਹੈ ਅੱਜ ਤੇਰਾ ਘਰ ਕੀ ਨਾ ਇਹ ਹਲਕੀ ਹੋਵੀ ਆਪਣੇ ਪੇਕਿਆਂ ਦੇ ਬੂਏ ਤੇ ਇਥੇ ਬੁੱਥਾ ਤੇਰਾ ਦੂਈ ਪਾਸੇ ਲਾ ਛੜ ਸਾ ਅੱਜ ਘਰ ਹੈ ਸੋਹਣੀ ਤਰ੍ਹਾਂ ਕਦੀ ਲੰਬੀ ਕੀਤੀ ਹੈ ਬਹੁਤ ਘਰ ਮਾਰੀ ਹੈ ਕਦੀ ਕੰਮ ਸੱਟਣ ਕੀ ਕਰੇ ਨਹੀਂ ਇਹ ਮੁੱਢੂ ਮੈਂ ਨਿਵਾਲਾ ਨਹੀਂ ਕਰਾਂਦੀ ਕੁਝ ਵੀ ਨਹੀਂ ਕਰਾਂਦੀ ਤੂੰ ਹੀ ਸਾਰੇ ਕੰਮ ਕਰਾਂਨੀ ਹੈ ਤੁਹਾਇਆ ਇੱਕ ਮਾਂ ਤੁਮਾਂ ਬਣ ਕੇ ਵਿਖਾਇਆ ਕੋਈ ਨਾ ਤੂੰ ਮੈਂ ਸੱਸ ਬਣ ਕੇ ਪੀ ਵਿਖਾਈ ਤੂੰ ਨਾ ਬਣ ਕੇ ਵਿਖਾਇਆ ਓਦਾ ਐਡਾ ਹੌਸਲਾ ਵਧਿਆ ਹੋਇਆ ਐ ਭਈ ਉਹ ਅਈ ਬੰਦ ਕੁੰਝਦੀ ਏ ਜਿਵੇਂ ਇੱਥੇ ਕਬੱਡੀ ਖੇਡੂਏ ਸਾਡੇ ਨਾਲ ਮਾਂ ਪੁੱਤਰ ਨਾਲ ਉਹ ਬੰਦੀ ਰਾਵ ਓ ਤੈਨੂੰ ਮੈਂ ਪਿਆੰਦਾ ਹਰਾਂ ਦਫਾ ਕਰੋ ਤੋ ਵੇ ਲੈ ਇਹਨਾਂ ਦਾ ਸਿਰ ਖਬਾਣਾ ਹੁੰਦਾ ਅੰਮੀ ਮੈਂ ਨਾ ਜਾਣਦੀ ਪਈ ਹੂੰ ਤੇ ਆ ਫਾੜ ਮਾਂ ਘਰ ਕੋਈ ਨਾ ਛੱਡਣਾ ਤੇ ਮੈਂ ਆਪਣੇ ਚਾਚੇ ਨੂੰ ਲੈ ਕੇ ਆਉਣੀ ਆ ਕਿਉਂ ਲੈ ਚਾਚੇ ਨੂੰ ਤੂੰ ਲੈ ਕੇ ਆਉਣਾ ਓਏ ਅੰਮੀ ਫਿਕਰ ਨਾ ਕਰੋ ਦੋਹੇ ਦੇ ਤੈਨੂੰ ਜਾਂਦੇ ਆ ਲੱਗ ਜਾਵਣੇ ਨਾ ਚਾਚਾ ਸੁਡੇ ਜਿਹੜੀ ਸੋਹਣੀਏ ਦੀ ਮੋਰਾ ਵਾਲੀ ਚਾਲ ਓਏ ਇਹ ਤਾਂ ਮੇਰੇ ਮੱਥੇ ਤੂੰ ਸਾਚਾ ਪਾਈ ਮੇਰੀ ਜ਼ਿੰਦਗੀ ਅਜ਼ਾਬ ਚ ਬਣੀ ਹੋਈ ਹੈ ਕੋਈ ਨਹੀਂ ਆ ਪਾਈ ਆ ਤੇਰਾ ਬਾਬੇ ਪਾਈ ਆ ਉਹ ਸਿਆਣੇ ਸਹੀ ਆਂਦੇ ਨੋ ਹਾਂ ਪਾਈ ਆ ਘਰ ਵਾਲੀ ਚੰਗੀ ਹੋਵੇ ਤਾਂ ਇਸੇ ਦੇਸ਼ ਤੇ ਜੰਨਾ ਤੇ ਜੇ ਉਹ ਵਈ ਇਹ ਜੇ ਕਰਤੂਤਣ ਹੋਵੇ ਤਾਂ ਦੋਜ਼ਾ ਕੋਈ ਸਿੱਧੀ ਸਾਹਮਣੀ ਦੇ ਮੇਰਾ ਦੋਸਤ ਹੈ ਤੇ ਉਹਦੀ ਧੀ ਹੈ ਤੇ ਬਹੁ ਚੰਗੀ ਹੈ ਤੇ ਬਹੁ ਕਮਾਦੀ ਹੈ ਤੇਰਾ ਘਰ ਇਹ ਨਹੀਂ ਰਖਸੀ ਨਹੀਂ ਭੁੱਲਾ ਵੇਖ ਕਾ ਕਿਹੜਾ ਬਿਗਲੇ ਦੇ ਵੀ ਆ ਕੇ ਮਾਤ ਮਾਰ ਛੱਡੀ ਤਵੇ ਰਾ ਮੇਰੀ ਹਾਲਤ ਤੇ ਕੋਈ ਨਹੀਂ ਤੈਨੂੰ ਸਮਝਦਾ ਆਂਦਾ ਤਰਾ ਸੋ ਨਗਈ ਆ ਤਾਨੂੰ ਤੇਰੀ ਭੋਰ ਕੋਈ ਨਹੀਂ ਆਂਦਾ ਕੀ ਆਂਦਾ ਦਵਾਨੀ ਜਿਹੜਾ ਕਮਾ ਕੇ ਲਾਇਮ ਨਾ ਤੁਹਾਡੀ ਤਲੀ ਤੇ ਧਰਦਾ ਇਹਦੇ ਮੁੱਢੂ ਮੁਰਬੇ ਹੀ ਨਹੀਂ ਪੈ ਮੁਕਦੇ

ਕੌਣ ਮਕਾਲਿਆ ਕੇ ਦੇਂਦੇ ਤੇ ਇਸਾਂ ਦਾ ਨਹੀਂ ਮਕਾਲਾ ਕਰਨਾ ਤੇ ਔਰ ਗਵਾੜੀਆਂ ਦਾ ਕਰਨਾ ਇਸੂ ਤੇ اڈੀ ਨੀ ਮਕਹਰਾ ਮੈਂ ਭਾਈ ਹਰ ਸਾਲ ਲਿਆ ਕੇ ਵੀਦੀ ਵਿੰਦੀ ਐ ਤੇ ਉਲਟਾ ਮਕਾਲੇ ਅਸੀਂ ਹੋਏ ਪਾਇਆ ਪਾਣੀ ਦਾ ਘੋਰ ਤਪੀਵਾਚਾ ਆਇਆ ਆ ਜੂ ਘਰ ਸੋਖ ਨਾਲ ਪੁੱਛਣਾ ਮੇਰੀ ਮਾਂ ਪਾਣੀ ਵੀ ਕਿਥੇ ਨਹੀਂ ਕੋਈ ਕਿਉਂ ਨਾ ਮਗਰੂ ਨਾ ਸਲਾਣਾ ਤੇ ਨਾ ਜਾ ਤੇ ਮਗਰ ਮੇਰੇ ਲਈ ਜੂ ਆਏ ਮੇਰੀ ਜ਼ਿੰਦਗੀ ਅਜ਼ਾਬ ਬਣ ਗਈ ਏ ਮੈਨੂੰ ਵੀ ਦਿਸਦੀ ਪਈ ਐ ਇਸ ਮੇਰੇ ਮਗਰੂ ਕੋਈ ਨਹੀਂ ਲਾਣਾ तो खैर हो वैशाला क्या थक्य कभी जहार लाए के ते अपना आप ही घोट भर जा स अब्बा हाँ? ए, 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 तो मेरी दी आई बैठी है ਕੀ ਆ ਲਪੋਤ ਉਹ ਕੀ ਹੋ ਗਈ ਛੋਰੇ ਉਹ ਗੱਲ ਤਾਂ ਦੱਸ ਕੀ ਗੱਲ تھی ਇਹ ਅਬ ਉਹ ਮੈਨੂੰ ਇੱਕ ਗੱਲ ਦੱਸ ਮੈਂ ਤੇਰੀ ਮਤਰਾ ਹੀ ਆ ਕਸਕੀ ਆ ਮੈਨੂੰ ਇਹ ਪਹਿਲੇ ਦੱਸ ਉਹ ਕਮਲੀ ਦੀ ਮੇਰੀ ਸੱਕੀ ਧੀ ਆ ਤੂੰ ਤੈਨੂੰ ਜੋ ਪਤਾ ਵੀ ਤੇਰਾ ਪਨੇਵਾ ਜਿਹੜਾ ਇਤਨਾ ਗੰਦਾ ਬੰਦਾ ਤੂੰ ਮੈਨੂੰ ਫੇਰ ਵੀ ਉਸੇ ਦੇ ਗੱਲ ਪਾ ਛੱਡਿਆ ਕੀ ਹੋਇਆ ਉਹਨੇ ਮਾਰਿਆ ਤੈਨ ਮਾਰਿਆ ਕੀ ਹੈ ਮੈਨੂੰ ਤੂੰ ਚਿੱਕੇਂਦੇ ਨਾ ਤੱਕੇ ਮਾਰ ਮਾਰ ਕੇ ਕੁਰਬਾਰ ਕਰ ਦੇ ਨਾ ਪਿਆਨਾਂ ਜਾ ਆਪਣੇ ਮਾਪੇ ਕੋਲ ਜਾ ਆਪਣੇ ਮਾਪੇ ਉਹ ਗੱਲ ਖੇੜੀ ਹੈ ਗੱਲਾਂ ਕਈ ਗੱਲ ਤੋ ਵੀ ਕੀਤੀ ਹੋ ਸੀ ਅੱਬਾ ਮੇਰਾ ਕੋਈ ਕਸੂਰ ਨਹੀਂ ਆ ਮੋੜਾ ਤੇ ਕਸੂਰ ਕੋਈ ਨਹੀਂ ਤੇਰਾ ਤੋ ਹੋਰ ਕੀ ਗੱਲ ਔਲਾਦ ਸੋਨਾ ਰੱਬ ਦੇਣੀ ਹੈ ਕਿ ਮੈਂ ਆਪਣੇ ਕੋਲ ਪੈਦਾ ਕਰਨੀ ਨਹੀਂ ਔਲਾਦ ਤਾਂ ਮੇਰਾ ਸੋਨਾ ਅੱਲਾਹ ਦੇ ਹੁੰਦਾ ਹੈ ਇਨਸਾਨ ਦੇ ਤਵੱਸ ਕੋਈ ਨਹੀਂ ਤੋ ਕਹਿੰਦੇ ਸਾਨੂੰ ਪੁੱਤਰ ਜਾਮ ਕੇ ਦੇ ਸੰਤੀਆਂ ਦੀ ਲੋੜ ਕਾਇ ਨਹੀਂ ਆਉ ਜੱਡੀ ਜਨਾ ਮੇਰੀ ਭੈਣ ਫਾਪੇ ਕੁੱਤਣੀ ਇਹ ਬੜੀ ਬੇਹਈਆ ਏ ਉਹ ذری ਹਈਆ ਕੋਈ ਨਹੀਂ ਵਾ ਭਿਰਾ ਮੇਰੇ ਦੀ ਦੀ ਏ ਵਾ ਉਹਨ ਤਾਂ ਪਿਆਰ ਕਰਨਾ ਚਾਹੀਦਾ ਤੇਰਾ ਨਾਲ ਉਹਨੇ ਵੀ ਕੋਈ ਨਾ ਮਾਂ ਪੁੱਤਰ ਦੋਨੇ ਇੰਜ ਮੇਰੇ ਜ਼ਾਬ ਗਰ ਜ਼ਿੰਦਗੀ ਜਜ਼ਾਬ ਪਾ ਚੜਿਆ ਨਾ ਵੀ ਉਹ ਇਹ ਤਾਂ ਰੋਟੀ ਮੇਰੇ ਮੂੰਹ ਚੁੰਦੀ ਏ ਤਾਂ ਲਿੱਤਰ ਮੇਰੇ ਸੇਰੇ ਚੁੰਦਾ ਦੇ ਮੈਂ ਖਾਰ ਜਿਹੜਾ ਤੇਰਾ ਮਰੋ ਤੇ ਭਣਿਆ ਮੇਰਾ ਉਹ ਕੁੱਤੋਂ ਕੋਈ ਹਈਆ ਨਹੀਂ ਕੋਈ ਨਹੀਂ ਆਬਾ ਉਹ ਮਾਂ ਨਾ ਰਲੇ ਆਏ ਜਿਨਾ ਮਾਨਦੀ ਹੀ ਹੁੰਜਿਆ ਕਰੇਂਦਾ ਚਲੋ ਉਹ ਹੈ ਨਾ ਰਲੇ ਹੋਇਆ ਮਾਨ ਨਾਲ ਜੇ ਮੈਂ ਜਸਤ ਕੰਬੇ ਵਸੈ ਸਾ ਮੈਂ ਵੇਖਦਾ ਹੁਣ ਕਿਵੇਂ ਰਲੇ ਹੋਇਆ ਮਾਨ ਨਾਲ ਤੇ ਮੈਂ ਜਿਹੜਾ ਨਾ ਉਥੋਂ ਨਿਕਲਿਆ ਮੈਂ ਕਿ ਮੈਂ ਚਾਚੇ ਲੈ ਜਾਣੀ ਤੇ ਮੈਂ ਉਹਦੇ ਕੋਈ ਨਾ ਮੇਰਾ ਪਿਓ ਗਈ ਮੈਂ ਆਪਣੇ ਘਰ ਆ ਗਈਆਂ ਮੇਰੇ ਕੋਲ ਕੋਈ ਨਾ ਉਹਨਾਂ ਦੀਆਂ ਜੁੱਤੀਆਂ ਸਹ ਹੁੰਦੀਆਂ ਰੋਜ਼ਾਨਾ ਦੀਆਂ ਜੁੱਤੀਆਂ ਮਰੈਂਦੇ ਅੱਛਾ ਛਣ ਮੇਰੀ ਗੱਲ ਸੁਣ ਮੇਰਾ ਪੁੱਤਰੋ ਘਰੇ ਚ ਲੜਾਈਆਂ ਬਿੜਾਈਆਂ ਥੋੜਾ ਥੋੜਾ ਕਿ ਹੁੰਦੀ ਰਹਦੀ ਹੈਗਾ ਹੈ ਤੇ ਐ ਨਾ ਲਾਇਲਿਆ ਕਰ ਸੀਰੀਅਸ ਹੋ ਹੁਣ ਜਿਵੇਂ ਤੋ ਹਾਲ ਹੈ ਤੇ ਗੱਤੀ ਬੈਨਾਂ ਨੂੰ ਸਮਝਾਈ ਸਾ ਲੇਕਿਨ ਮੇਰਾ ਪੁੱਤਰ ਘਾਰਾ ਆਪਣਾ ਚੰਗੋ ਹੁੰਦਾ ਪਰ ਪਰਾਇਆ ਦਾ ਚੰਗਾ ਨਹੀਂ ਹੁੰਦਾ ਓ ਪਤਾ ਕੀ ਆਂਦੇ ਨੇ ਅਸਾ ਤੈਨੂੰ ਰੱਖ ਨਹੀਂ ਚਾਹੁੰਨੇ ਤੇਰੇ ਪਿਓ ਨੇ ਸਾਡੇ ਗਾਲਾਂ ਚਜ਼ਾਬ ਪਾ ਛੱਡਿਆ ਤੋਈ ਹੋ ਜਈਆਂ ਕੋੜੀਂ ਬੰਮ ਦੀਆਂ ਸਾਡੇ ਤੇ ਚਗਲ ਗਾਲ ਪੈ ਗਈ ਏ ਉਹਨਾਂ ਪਤਾ ਹੀ ਸੋ ਸੋ ਤੈਨੂੰ ਪੁਣਿਆ ਓ ਚਲੋ ਉਹਨਾਂ ਨਾਲ ਮੈਂ ਕਰ ਲੈਸਾਂ ਤੇ ਤੂੰ ਇੰਜ ਕਰੋ ਉਹ ਅੱਜ ਦੀ ਰਾਤ ਰਾਵ ਤੇ ਦਮੀ ਧੂਏ ਨੂੰ ਮੈਂ ਤੋੜ ਛੋੜੋ ਤੇ ਮੈਂ ਉਹ ਤਨਾ ਗਾਲ ਆਪੇ ਕਰ ਲਈ ਅੱਬਾ ਮੈਂ ਹੁਣ ਉਸ ਘਰ ਨੂੰ ਜਾਣਾ ਮੈਂ ਪਉ ਉਸ ਘਰ ਚ ਆਕ ਗਈ ਜਿੰਨਾ ਮੈਂ ਕੀਤਾ ਨਾ ਉਸ ਘਰ ਦਾ ਲੇਕਿਨ ਉਹ ਕਹਿੰਨ ਸਾਈਡਾ ਤੂੰ ਕਰਦੀ ਨਹੀਂ ਅਸੀ ਕਰਦੇ ਤੂੰ ਨਰਾਜ਼ ਨਹੀਂ ਹੋਣਾ ਚਾਹੀਦਾ ਘਰ ਚ ਲੜਾਈਆਂ ਭਿੜਾਈਆਂ ਥੋੜੀ ਥੋੜੀ ਕਣੀ ਹੁੰਦੀਆਂ ਰਹਿੰਦੀਆਂ ਇਹ ਹੁਣ ਕਿਹੜੀ ਗੱਲ ਤੇਰੇ ਆਪਣੇ ਪਤੀ ਕੀ ਆਖਿਆ ਤੇ ਤੂੰ ਨਾ ਨਾਸ ਕਰੋ ਨਿਕਲੀ ਮੈਂ ਤੈਨੂੰ ਪੱਖੇ ਨਾਲ ਟੰਗ ਕੇ ਮਾਰ ਛੜ ਲਾ ਇਹ ਤੇ ਵੀ ਜੁੜਾ ਤੇ ਸੁਬੇ ਗੈਰਤ

ਅਬ ਬਕਵਾਸ ਨਾ ਕਰ ਬੋਕ ਨਾ ਮੇਰੇ ਨਾਲ ਚੁੱਪ ਕਰ ਤੂੰ ਦੱਸ ਕੀ ਹੋਇਆ ਚਗਲ ਜਿੰਦਾ ਹੋਰੇ ਕੀ ਆ ਦਿਹਾੜੇ ਤੇ ਮੈਂ ਨਾ ਵੇਖਣੇ ਬੰਦੇ ਅਬੇ ਘਰਾਤਾ ਉਹ ਤਰੱਕੀ ਹੋਇਆ ਤਲਾਦਰਿਆ ਦੀ ਮੇਰੀ ਲੈਲਾ ਤੂੰ ਮੇਰੇ ਕੋ ਲੱਗੇ ਹੈ ਮੇਰੀ ਦੀ ਥਾਈ ਮੇਰੇ ਕੋ ਰਹਾ ਮੈਂ ਇਹਦੀ ਰੋਟੀਆਂ ਪਕਾ ਦੇ ਤੇਰੀ ਖਿਦਮਤ ਕਰੇ ਤੋਇ ਕਹ ਨਹੀਂ ਤਾ ਮੈਂ ਕੋਈ ਅਬੇ ਗੈਰ ਤੇ ਆ ਬੇ ਗੈਰ ਤੱਕ ਕਿਹੜੀ ਤੋਂ ਲੈ ਆਵਣੀ ਹੈ ਹੀਰ ਸਿਆਲਣ ਦੀ ਜਾ ਕੇ ਬੇਗੈਰਾਤਾ ਹੌਣ ਚਾਚਾ ਮੇਰੀ ਸੁਣੇ ਨਾ

ਉਹ ਤੇਰਾ ਘਰ ਹੋ ਤੈਨੂੰ ਧੱਕੇ ਦੇਵਣ ਵੀ ਨਹੀਂ ਸਹੀ ਹੈ ਮੈਂ ਗੰਦੀਆਂ ਮੈਂ ਉਹਦੇ ਜਾਵਾਂ ਤੋਦੇ ਲਿੱਤਰ ਖਾਨੀਆਂ ਇਸ ਘਰ ਚਾਵਾਂ ਤੇ ਦੂ ਲਿੱਤਰ ਖਾਣੇ ਹੁੰਦੇ ਠੀਕ ਹੈ ਮੈਂ ਹੀ ਪੈੜੀਆਂ ਤਾ ਹੀ ਕਾਇ ਨਹੀਂ ਪੈੜੇ ਉਹ ਤਾਂ ਬਹੁਤ ਚੰਗੇ ਨੇ ਅ ਚਪਕਾਰੋ ਭੈਣ ਨਾਲ ਮੈਂ ਆਪੇ ਨਿਭਾਈ ਲਈ ਸਾ ਉਹਨ ਗੱਲ ਤਾਂ ਸੁਣੋ ਮੈਂ ਇੱਕ ਗੱਲ ਦੱਸ ਤੇਰੇ ਘਰ ਜੂ ਤੇਰੀ بیوی ਆ ਜਾਵੇ ਤੇਰੀ ਮਾਂ ਉੱਠ ਕੇ ਆ ਕੇ ਮੈਨੂੰ ਪੁੱਤਰ ਚਾਹੀਦਾ ਧੀ ਨਹੀਂ ਚਾਹੀਦੀ ਤੂੰ ਬਰਦਾਸ਼ ਕਰ ਸੇ ઓય ગાલ غلط જેડી કર તું તોડે ઓય કી કીતી ખોતે હોતે આપા તે લડ દે પયો ને મેં તબ કદી ભી શાદી કરા મેં તો વઢ્યા ના મેરા દિલ કરે ઓય ઓ નું પતા મેરી નું ભઈ ਨਾਲ બધીવા દીજે હા ઓય અલ્લાહ દી સાત દે બનાવી લે પુત્ર ઓન કાવે ના ના કરે ના તે ભાઈન તેરી દી ઓ ઉમર હો ગઈ હણ ચોક મંજી હોની ચાહી દી મે ਵੇਖੀ ਤੂੰ ਆਇਆ ਇਸ ਇਤਨਾ ਜਾਂਦਾ ਪਿਆ ਇਸ ਇਤਨਾ ذلیل ਹੋਣਾ ਇਸ ਇਤਨੇ میری ਭੈਣ ذلیل ਹੋਣਾ ਇਸ ਕੀ ਕੀਤਾ ਜਿਹੜੇ ਮੇਰੇ ਪਿਓ ਦੀ ਜਾਇਦਾਦ ਆਈ ਉਹ ਮੈਨੂੰ ਲਾਇਓ ਤੇ ਲੱਲੂ ਉਹ ਲਾਇਓ ਤੇ ਅੱਧੀ ਖਾ ਗਈ ਚਲੋ ਹੜਾਬ ਕੀਤੀ ਇਸ ਮੋਰ ਸਾਈ ਤਾਂ ਕੋਈ ਨਾ ਜਸ ਬਹੁਤ ਪਿਆਨ ਦੀ ਆਈ ਵੀ ਤੂੰ ਮੇਰੇ ਘਰ ਚਾਹੀਏ ਤੂੰ ਜਾੜੇ ਉਹ ਦੋਦੇ ਪੈ ਹਾਂ ਉਹ ਤਾਂ ਹੈ ਬਖਤਾਂ ਦੀ ਬੁੱਢੀ ਹੋਈ ਹਾਂ ਉਹ ਤਾਂ ਨਿਰਾਂ ਬਖਤ ਪਿਆਨ ਦੀ ਕੜਮੀ ਮੱਥੇ ਲੱਗ ਗਈ ਏ ਮੇਰਾ ਪੁੱਤਰ ਨੂੰ ਖਾ ਗਈ ਐ ਮਾ ਕੇ ਮੇਰੇ ਮੇਰੇ ਹੱਥੀ ਕਮਾਈਆਂ ਦਿੰਦਾ ਲਿਆ ਉਹ ਪਰਨਾਕ ਦਿੱਤੀ ਸਾਈਂ ਦਾ ਸਿਰ ਵਜਾਈ ਦੀ ਆ ਗਈ ਹਾਂ ਗੱਲ ਇੱਥੇ ਮੇਰੇ ਤੇ ਤੋਂ ਸਿਰੇ ਚ ਸੋਟ ਕੱਢਣਾ ਚਲੋ ਤੇਰੇ ਮੈਂ ਕੀ ਬਹਿੜਾ ਸਮਝਾਈਂਦਾ ਹੁਣ ਪੈਨਾਂ ਅੱਲਾ ਜੂ ਗਾਰੂ ਮੈਂ ਲਾਈ ਨੇ ਤੇ ਤੈਨੂੰ ਧੱਕੇ ਵੀ ਦੇਵੇਂ ਤੇ ਇੱਕ ਤੇਰਾ ਆਉਂ ਨਹੀਂ ਬਣਦਾ ਮੋੜ ਮੈਂ ਗੱਲ ਚ ਕਰਾਂ ਤੀ ਇਹਨੂੰ ਲੱਗ ਜਾਂਦੀ ਐ ਤਨ ਮੰਨ ਨੋ ਆਗੋ ਇਹ ਆਪੋਂ ਤਰਖੀ ਐ ਮੋੜ ਤਰਖੀ ਐ ਤਮੋਂ ਲਾਈ ਨਹੀਂ ਚੁਲੈਂਦਾ ਮੈਤ ਰਿੱਖੀ ਆ ਨਾ ਉਹ ਤਾਂ ਉਹਨਾਂ ਦੀ ਤਾਂ ਤੁਸੀਂ ਗੱਲਾਂ ਕਾ ਦੀ ਸੁਣੀਆਂ ਨੇ ਉਹ ਕਰ ਲੈ ਨਾ ਜਾ ਕੇ ਉਹਨਾਂ ਦੇ ਭਾਈ ਨੂੰ ਜ਼ਤਲ ਪਾ ਲੈਣਾ ਚੁੱਪ ਚਾ ਕਰ ਮੈਂ ਨਾ ਮਨ ਕਿ ਨਾਰਾਜ਼ ਹੁ ਨਾ ਪਿਆ ਮੈਂ ਤੈਨੂੰ ਕੀ ਆ ਕੇ ਸੁਣੀ ਨਾ ਉਹ ਨਾ ਮਬਸ਼ਰ ਮੇਰੇ ਮੱਥੇ ਲੱਗਦਾ ਨਾ ਤੇ ਉਹਨੂੰ ਮੈਂ ਕੋਈ ਦੋਰ ਛਿਬੀ ਕਰੇ ਨਾ ਤੇ ਮੈਂ ਤੈਨੂੰ ਛਾੜੇ ਹੁ ਨਾ ਅ ਜਿਹੜੀ ਆਖ ਸੋਲਦੀ ਉਹਨ ਚ ਨਹੀਂ ਮੇਰਾ ਪਿਓ ਜਾਸੀ ਤੁਸੀਂ ਰਹਿਂਦੋ ਤੁਹਾਡੇ ਅੱਗੇ ਨਾ ਸਾਡੇ ਸਿਰ ਤੇ ਬਹੁਤ ਆਸਾਨ ਹੈ ਚਾਹੇ ਦਾ ਮਤਲਬ ਹੈ ਮੇਰਾ ਤਾਂ ਆਇਆ ਕੋਈ ਨਾ

ਉਹ ਹਣ ਕੀ ਹੱਤ ਬੰਦੂਕ ਚਾ ਲੈਂਦਾ ਤਾਂ ਭੈਣ ਹੁਣ ਜ ਫਾਇਰ ਮਰੀਂਦਾ ਮੁਰਦਾ ਇੰਚ ਮਰੇ ਸੀ ਮੋੜੋੜਾ ਮੋਕ ਜਸਨੇ ਜਾ ਲਾਜਾ ਭੈਣ ਭਾਵੇਂ ਜਿਵੇਂ ਦੀ ਐਸੋ ਬਣਿਆ ਤਾਂ ਚੰਗਾ ਐਸੋ ਸੁਣਾ ਉੱਤੇ ਜਿਆਦਾ ਪਰਨੀ ਉਹ ਤੇਨ ਮੈਂ ਆਖਿਆ ਮੇਰਾ ਪੁੱਤ ਹਸਦੀ ਖੜ ਦਿਆ ਮੈਂ ਤੇਰਾ ਘਰੇ ਲਾੜ ਕੇ ਨਾਂ ਲਾੜ ਕੇ ਉਹ ਮੈਂ ਵੱਡਾ ਬੰਦਾ ਜੀ ਅੱਬਾ ਜਦੋਂ ਮੈਨੂੰ ੱਤਕੇ ਮਾਰ ਕੇ ਬੁਆ ਬਾਹਰ ਕੱਢ ਦੇਣ ਕਿ ਮੈਂ ਉੱਥੇ ਬਹਿ ਜਾਵਾਂ ਸੜਕ ਤੇ ਉਹ ਤੇਰਾ ਘਾਰੇ ਤੇਰਾ ਘਰ ਤੂੰ ਨਨ ਕਰ ਸਕਨੀ ਤੇ ਤੂੰ ਆ ਘਰ ਦੇ ਨਾਲ ਅੰਦਰ ਕੋਈ ਕਾਰਬਾਰ ਤੇਰਾ ਮੈਂ ਬੈਠੀ ਇਹ ਭੈਣ ਨਾਲ ਮੈਂ ਐਡਾ ਸੋਹਣਾ ਹਿਸਾਬ ਲਾਉਸਾ ਉਹਨੇ ਕੱਖੀ ਆ ਠੀਕ ਹੈ ਮੇਰਾ ਪਿਓ ਹੈਨਾ ਉਹ ਮੈਂ ਤੇ ਛੱਡ ਉਹਨੇ ਆਖੀ ਭਰਾ ਪਿਆਂਦੇ ਬੋ ਸੁਣ ਤੇ ਰਸਣਾ ਆਈ ਮੁਰ ਬੈਣ ਮੇਰੀ ਡੋ ਆਖੀ ਆਵੀ ਜਿਹੜਾ ਉਸ ਹਿਸਾਬ ਆ ਅਸਲਾਮੁਅਲੈਕਮ

ਤੂੰ ਮੇਰੀ ਧੀ ਨੂੰ ਘਰ ਛੋੜਿਆ ਬਾ ਮਾਮਾ ਪੈਸੇ ਮੇਰੀ ਤੇ ਸੌਣ ਲਿਓ ਠੀਕ ਏ ਤੁਸੀਂ ਉਹਦੀ ਸੌਣ ਕੇ ਤੇ ਇਂ ਕੜਪੇ ਬੈਠੇ ਹੋ ਕੋਈ ਮੇਰੀ ਵੀ ਤੇ ਸੌਣ ਲਿਓ ਇਹ ਮੈਂ ਤੁਹਾਡੇ ਨਾਲ ਕੱਲੇ ਆ ਗੱਲ ਕਰਨੀ ਆ ਇਹਨਾਂ ਨੂੰ ਤਾਂ ਅੰਦਰ ਘੱਲਿਆ ਚ ਜਾਓ ਰਕਵੜੀ ਜਾਓ ਜੇਦੀ ਮੈਂ ਸੌਣ ਲਵਾਂ ਮਾਮਾ ਹੂੰ ਤੋ ਇਹ ਤਾਂ ਧੀ ਦੀਆਂ ਸੌਣ ਕੇ ਹੂੰ ਤੇ ਮੈਨੂੰ ਸਾਇ ਸੁਣਾ ਲਈਆਂ ਹਾਂ ਹਾਂ ਲੇਕਿਨ ਪੁੱਛਿਆ ਇਹ ਤੇਰਾ ਬਣਿਆ ਆ ਕਿਵੇਂ ਕਿਵੇਂ ਆਇਆ ਇਹ ਤੇਰਾ ਦੁੱਖ ਅੰਦਰ ਲੈ ਕੇ ਆਇਆ ਕਿਹੜਾ ਦੋਖੇ ਤੈ ਇਓ ਗੱਲ ਨੇ ਮੈਂ ਮਮਾ ਤੋਂ ਅੰਦਰ ਤੂੰ ਨੇ ਗੁਨਾਹ ਕਦੀ ਨਹੀਂ ਲਿਆ ਹੂੰ ਅੱਜ ਕਦੀ ਤੁਸੀਂ ਵੇਖੋ ਆ ਨਾ ਆਪਣੀ ਦੀ ਦੇ ਕੰਮ ਹੂੰ ਮੇਰੀ ਮੇਰੀ ਮਾਂ ਨੂੰ ਇਸ ਜੁਨੀਆਂ ਦੇ ਵਿੱਚੋਂ ਫਾਦ ਕੇ ਵੇੜੇ ਇਦਰੀ ਕਿਆ ਇਸ ਮਾਮਾ ਮੁਰੂਆ ਗੱਲ ਐ ਨਾ ਸਾਡੀ ਤਾਂ ਤੂੰ ਸੁਣਨੀ ਕਾਇ ਨੀ ਹੁੰਦੀ ਜੁਨੇ ਆਈ ਚੁਪਾਦ ਕੇਸ ਪੂਰੇ ਵੇੜੇ ਦੇ ਵਿੱਚ ਤਰੀਕਿਆ ਤੇ ਅਖੀਰੀ ਮੈਂ ਤਾਂ ਘਰ ਆਰਾਮ ਕੋਈ ਨਾ ਨੋਕੀ ਆਈ ਹੂੰ ਗਵਾਡਣੀ ਬੰਦੀਆਂ ਨੂੰ ਹੂੰ ਉਹ ਨਾਨ ਛਡਾਇਆ ਚਲੋ ਤਾਂ ਇਸੇ ਤੂੰ ਆਇਆ ਹੰਬੇ ਆਏ ਵੇਖ ਲਾ ਮਾਮਾ ਹੂੰ ਬਈ ਕਮਤ ਕਮ ਇਹਨੂੰ ਸਮਝਾ ਉਥੋਂ ਲੜ ਕੇ ਨਿਕਲ ਗਈਏ ਮਾਂ ਮੇਰੀ ਇਤਨੀ ਬਿਜ਼ਤੀ ਕਰਾ ਕੇ ਵੀ ਹੂੰ ਉਹ ਇਹਨੂੰ ਹੁੜੇਂਦੀ ਰਹਿ ਗਈ ਏ ਮੈਂ ਆਇਆ ਤਾਂ ਨਿਕਲੀ ਆਂਦੀ ਆ ਮੈਂ ਬਾਹਾਂ ਚ ਫਾਦ ਕੇ ਅੰਦਰ ਛਿਕੇਂਦਾ ਰਹਿ ਗਿਆ ਇਸ ਮੇਰੀ ਹੇਕ ਹੀ ਨਹੀਂ ਸਵਾਂ ਜਿੱਦਲ ਕਾ ਹੋਈ ਮੁਰ ਜਿੱਦਲ ਤਾਂ ਮਾਰਿਤੀ ਹੋਈ ਜਿਵੇਂ ਮਾਂ ਜਿੱਦਲ ਆ ਸੋ ਆਪ ਹੀ ਜਿੱਦਲ ਹੈ ਆ ਪੌਲਾ ਮੈਂ ਆਪਣਾ ਚਾਹ ਦੇਣਾ ਹਮੇਸ਼ਾ ਮਾਮਾ ਅਗਲੇ ਹੀ ਗੰਦੇ ਲੱਗਦੇ ਹਨ ਹਨਾ ਆਪਣਾ ਗੰਦ ਕਦੀ ਵੀ ਨਹੀਂ ਕਿਸੇ ਦੱਸਿਆ ਤੇ ਇਹੀ ਤੂੰ ਵੀ ਮਾਰੋ ਮੈਂ ਨਹੀਂ ਮਰੇਦਾ ਤੇ ਤੂੰ ਨਾ ਇਹਨੂੰ ਲੈ ਜਾ ਇਹ ਲੈ ਜਾ ਮੈਂ ਹੁਣ ਇਹਦਾ ਮੂੰਹ ਵੇਖਦਾ ਮੈਂ ਉਸਾਂ ਮੈਂ ਗੱਲ ਕਰੇ ਸਾਂ ਇਹਦੇ ਨਾਲ ਉੱਥੇ ਮੈਂ ਇਹਦਾ ਮੂੰਹ ਵੇਖਦਾ ਭਾਈ ਉਹ ਤੇਰੀ ਮਾਂ ਹੈ ਮਾਮਾ ਦੁਖਦਾ ਇਸ ਗੱਲ ਦਾ ਭਾਈ ਇਸ ਮਿਲਖ ਨੂੰ ਨਹੀਂ ਵਿਖਾਵਣਾ ਘਾਰੇ ਸੌ ਉੱਚੀ ਨੀਵੀ ਹੋ ਜਾਂਦੀ ਹੋ ਜਾਂਦੀ ਏ ਬੰਦਿਆ ਕੋਲੋਂ ਪਰ ਆ ਘਰ ਤਾਂ ਨਹੀਂ ਨਗਤੀਦਾ ਉਹ ਸਾਤ ਸਾਸੂ ਮੇਰੀ ਭੈਣ ਆਈ ਇਹਦੀ ਤਾਂ ਮਾਂ ਇਹਦੀ ਮਾਂ ਨਹੀਂ ਲੱਗਦੀ ਸੱਸਾ ਮਾਮਾ ਹੁੰਦੀ ਆ ਜੇ ਸਮਝੇ ਚ ਉਸ ਤੂੰ ਹਟ ਕੇ ਵੀ ਰਿਸ਼ਤਾ ਆਸੂ ਲੇਕਿਨ ਇਹ ਸਵਾਨੀ ਜ਼ਰੀ ਭੋਰ ਨਹੀਂ ਸੋਚਿਆ ਵੇਖਿਆ ਬਈ ਮੈਂ ਕਰੇਂਦੀ ਕੀ ਪਈਆਂ ਚਲੋ ਇਹ ਮਾਮਾ ਕੱਲ ਨੂੰ ਆਪਣੇ ਬਣੇ ਤੇ ਦੁੱਖ ਨਾ ਦੇਵੀਂ ਪਿਆ ਮੈਂ ਬੜੀ ਦਰਗੁਜ਼ਰ ਕਰਦਾ ਹੂੰ ਮੇਰੀ ਗੱਲ ਸੁਣ ਮੈਨੂੰ ਪੁੱਛਾਂਗੇ ਮੈਨੂੰ ਮਾਂ ਪਿਓ ਹੀ ਹੋ ਜੀ ਤਰਬੀਅਤ ਹੀ ਨਹੀਂ ਦਿੱਤੀ ਹੋਈ ਬਈ ਸਵਾਨੀਆਂ ਦੇ ਅੱਗੂ ਮੈਂ ਆ ਚਾਵਾਂ ਤੇ ਵੀ ਤਾਂ ਕਿਸੇ ਦੀ ਦੀ ਬੈਣ ਐ ਸਾਥੇ ਹੁੰਦੀ ਕੱਲ ਨੂੰ ਕਿਸੇ ਦੇ ਘਰ ਪਰਨੀਕੇ ਜਾਂਦੀ ਤੇ ਉਹ ਇਹ ਕਾਰ ਕਰਿੰਦੇ ਜਾਂ ਕਿਸੇ ਨੂੰ ਧਰ ਕੇਂਦੇ ਮਰੇਂਦੇ ਕੁੱਟੇਂਦੇ ਮੈਥੂ ਬਰਦਾਸ਼ ਹੋਵਿਆ ਕੋਈ ਨਾ ਕੋਈ ਨਾ ਕੋਈ ਹੋਰ ਮਾਮਾ ਕੋਈ ਨਾ ਕੋਈ ਕੋਈ ਨਾ ਹੋਣਾ ਹੀ ਕੋਈ ਕਿਹੜੇ ਵਜ੍ਹਾ ਤੂੰ ਮੈਂ ਇਹਦੇ ਉੱਤੇ ਵੀ ਹੱਥ ਕਦੀ ਨਹੀਂ ਉਚਾਇਆ ਕੋਈ ਹੋਰ ਆਵੇ ਨਾ ਮਾਮਾ ਇੱਕ ਮਿੰਟ ਠਹਿਰੋ ਨੂੰ ਹੁਣੇ ਸੱਦਨ ਦੀ ਕਾਇ ਨਹੀਂ ਲੋੜ ਮੈਂ ਪੁੱਛਣਾ ਤੇਰੇ ਮੂੰਹ ਤੋਂ ਗੱਲ ਤਾਂ ਸੁਣੋ ਮੈਂ ਜੀ ਅਬੂ ਕਿਉਂ ਛੋੜੇ ਐ ਤਾਂ ਮੈਂ ਟੋਕਿਆ ਆਕਾ ਹਾਂ ਹਾਂ ਛੋੜੇ ਜੀ ਅਬੂ ਤੂੰ ਵਗ ਜਾ ਇਹਦੇ ਨਾਲ ਹੁਣ ਜਦ ਨਾਲ ਗੱਲ ਕਰੇ ਤੇ ਮੈਂ ਨਾਲ ਖਲ ਲਾ ਲਇਥਾ ਮੈਂ ਬਾਹਰਕਾਰ ਕੋਈ ਨੂੰ ਜਾਣਾ ਕਿਉਂ ਕਿਹੜੇ ਵਜੇ ਚਲੂ ਜਾਵਣਾ ਮੈਂ ਨਹੀਂ ਭਾਂਦਾ ਜਾ ਜਾ ਮੇਰਾ ਪੁੱਤ ਯਾ ਨਾਲੋ ਦੇ ਤੇ ਹੁਣ ਮੈਂ ਆਂਦਾ ਪਿਆ ਮੈਂ ਕਬ ਤਬ ਤੇਰੀ ਮਾਂ ਦੀ ਖਲ ਲੈ ਸਾਂ ਮਾਮਾ ਤੁਹਾਡੀਆਂ ਜੁੱਤੀਆਂ ਸਾਡਾ ਸਿਰ ਜੇ ਅਸੀਂ ਇਹਨੂੰ ਕੋ ਜਾਂਦੇ ਹੋ ਵੀ ਹੈ ਯਾਖੀਏ ਹੁਣ ਜਾ ਪਤਾ ਨਹੀਂ ਕਿਉਂ ਜ਼ਰੀ ਜ਼ਰੀ ਗਾਲ ਤੂੰ ਕਵੜੀ ਕਿ ਨਿਕਲ ਜਾਂਦਾ ਮੈਂ ਇਹਦੀ ਬਿਸਤੀ ਕੀਤੀ ਹੈ ਮੈਂ ਕਬੇ ਘਰ ਆ ਤਾ ਤੂੰ ਤੇ ਮੇਰੀ ਧੀ ਨਾਲ ਲੜਦੇ ਹੋ ਮਾਮਾ ਧੀਆਂ ਗਰਾਂ ਚ ਵਸਦੀਆਂ ਸੋਹਣੀਆਂ ਲੱਗਦੀਆਂ ਨੇ ਤੇ ਇਹਨਾਂ ਨੂੰ ਕੋ ਸਮਝਾਓ ਆ ਪਈ ਇਹਦੇ ਅਕਾਲੇ ਕਈ ਬਾਹ ਜਾ ਵਿਆਤਾ ਬਾਹ ਗਏ ਸੋ ਜਾਂਦੀ ਭਈ ਮੈਂ ਵੀ ਆਂਦਾ ਪਿਆ ਅੱਛਾ ਹਾਂ ਮੈਂ ਕੱਲ ਆ ਜਾਸਾਂ ਮਦੇ ਨਾ ਨਾ ਦਬੂ ਚਬਲ ਜਹਾਨ ਦੀ ਅੱਛਾ ਅੱਛਾ ਮੇਰਾ ਪੁੱਤ ਜਾ ਲੜਿੰਦਾ ਨਹੀਂ ਉਹ ਕਮਲੀ ਦੀ ਉਹ ਘਰ ਜਿਹੜੇ ਵਸਦੇ ਸੋਣੇ ਲੱਗਦੇ ਉਜੜੀ ਹੋਏ ਗਲਤ ਹੁੰਦੇ ਜਾ ਜਾ ਮੇਰੀ ਧੀ ਜਾ ਠੀਕ ਹੈ ਮਾਮਾ ਜਾ ਮੇਰਾ ਪੁੱਤ ਜਾ ਅਮਾਨਵਾ ਕੀ ਹੋ ਸਾਹਮਣਾ ਅੱਛਾ ਮਾਮਾ ਮਾਮਾ ਅੰਮੀ ਪੇ 2 4 ਦੇ ਘਰ ਕੋਈ ਨਹੀਂ ਹੋਣਾ ਤੇ ਮੈਂ ਆਖਿਆ ਬੇਮੁਦਾਸ ਲਵਾਏ ਚੱਕਰ ਨਾ ਪੰਨੇ ਚਲੋ ਜਦੋਂ ਆ ਜਾਈ ਮੈਨੂੰ ਫੋਨ ਕਰੀ ਤਾਂ ਫੋਨ ਕਰੇ ਸਾਮਾ ٹھیک ਹੈ ਅੱਛਾ 2 4 ਦੇ ਘਰ ਕੋਈ ਨਹੀਂ ਹੋਣਾ ਕਿਦੇ ਵਕ ਜਾ ਮਣੀ ਇੱਕੋ ਜ਼ਿਆਦਾ ਹੀ ਬਾਹਰ ਰਣ ਲੱਗ ਪਈ ਹੈ ਤੂੰ ਪੁੱਛ ਸਾਹਮਣੇ ਕਿਦੇ ਜਾਣੀ ਤੂੰ ਨਵਾਬ ਦੀ ਧੀ ਤੈਨੂੰ ਕਾਇ ਪਰਨਾ ਕਹ ਦਿੱਤਾ ਈ ਤਾਈ ਮਰੋ ਤੇਰਾ ਮੋਆ ਉਕਮਲੇ ਪੋਟ ਤਸੈ ਯੁਨਤ ਤੂ ਆਪਾ ਤੇ ਚਾ ਮੈਂ ਢੁੱਕੀ ਖਲੋਤ ਤਾ ਚਲੋ ਯਾਰ ਦਿਨੀਆਂ ਗਰ ਸੋਨੀਆਂ ਲਗਦੀਆਂ ਗਈਆਂ ਉਹ ਵਸ ਮਾਪੇ ਖੁਸ਼ ਹੁੰਦਾ ਇਹ ਮਾਰੀ ਤੀ ਨਾ ਜਿਹੜੀ ਗੱਲ ਦੇ ਪਿੱਛੇ ਲੱਗ ਜਾਵੇ ਉਹ ਵੀ ਲੱਗ ਜਾਂਦੀ ਆ ਮੈਂ ਅੱਖ ਰਖ ਲਾ ਕਾਰ 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 ਐੜੀ ਉੰਜੇ ਚ ਸੀਨ ਵੱਡੀ ਪੀੜ ਚੜ ਗਈ ਨਾ ਅੱਜ ਤਾਂ ਡਰਦੇ ਘਰ ਦਾ ਤੇ ਉਹ ਮੈਂ ਪੇਵਾ

ਕਲਾ ਇੱਕ ਵਾਰੀ ਉਦੂ ਵਿਝਾ ਕੇ ਦਾਣਾ ਚ ਆਖਿਆ ਵੇ ਚਲੋ ਕੋਈ ਨਹੀਂ ਤੇ ਮੈਂ ਰੋਟੀ ਬਜਾਈਏ ਰੋਟੀ ਆਪ ਉਤਰਾਉਣ ਪਕਾਉਂ ਆਂਦੀ ਤੇ ਪਈਆਂ ਵੀ ਸੇਰ ਨੂੰ ਪੀੜਾ ਤੇ ਜੜ ਲੰਮੀ ਪਈਆਂ ਤੇ ਬਾਹ ਮੂਹੇ ਸੇਰ ਕੀ ਦੇ ਉਹ ਵੀ ਇੱਥੇ ਬਾਹਰ ਕੀ ਦੇ ਨਿਕਲੇ ਹੋਇਆ ਜਾਂਦਾ ਹੈ ਅਮਨ ਗੱਲਿਆਤਾ ਉਸੇ ਯਾਲ ਭਈਆ ਜੇ ਮੈਂ ਦੀਏ ਤੋਨੂੰ ਲਾਇਆ ਮੇਰੇ ਕੋਲ ਕੋਈ ਨਹੀਂ ਘਰ ਦਾ ਹੁੰਦਾ ਬੜਾ ਥੱਕ ਜਾਨੀ ਆ ਅੰਮੀ ਦੇਖੋ ਨਾ

ਅੱਛਾ ਰੋ ਲਾਗੜਿਆ ਕਰ ਉਹ ਵੀ ਹੈ ਕਿ ਨਾ ਬਰਜਾਈ ਨੂੰ ਬੰਜਾ ਵਾਰ ਸਮਝਾਇਆ ਅੰਮੀ ਗੁਨਾ ਬੋਲੀ ਕਰ ਅੰਮੀ ਕੋਈ ਵਾਅਦਾ ਘਟਕਾਰੇ ਲੈ ਤੋ ਗੁਨਾ ਬੋਲੀ ਕਰ ਮੋਰ ਬਰਜਾਈ ਬੋਲ ਗੰਦੀ ਜੇ ਨਾ ਠੀਂ ਉਹਦੇ ਗਾਲ ਸੁਣੋ ਵੇਖ ਲਜੇ ਤੋ ਇਹਨਾਂ ਸਫਰ ਨਾ ਆ ਜਾਂਦਾ ਸਾਡੇ ਕਿਤਨੇ ਡੰਗਾਰਾਂ ਲਿਆ ਬੱਕਰੀਆਂ ਕੁੱਕੜ ਡੰਗਾਰ ਹੁਣ ਸਾਡੇ ਕੋਲ ਕੀ ਬਚਿਆ ਖਾਲਾ ਐਡਾ ਬਖਤਾਣਾ ਤੇ ਸਿਤਾਰੇ ਵਾਲਾ ਰੂ ਆਇਆ ਨਾ ਕਾਸ਼ ਹੈ ਨਹੀਂ ਘਰ ਬਚੀ ਤਾ ਨਾ ਰਹੀ ਅੱਛਾ ਮੈਂ ਮੁਰਮਖਵਾ ਜਾਂਦਾ ਪਿਆ ਆ ਜਾ ਪਾੜਿਆ ਤੇ ਮਾਂ ਕੁ ਹਾਂ ਅਸਲਾਮੁਅਲੈਕੁਮ ਵਾਅਲੈਕੁਮ ਅਸਲਾਮ ਅਸਲਾਮੁਅਲੈਕੁਮ ਵਾਅਲੈਕੁਮ ਸਲਾਮ ਆ ਗਈ ਬਾਗ ਭਰੀ ਬਖਤਾਂੜੀ ਦੀ ਆ ਗਈ ਮੈਨੂੰ ਤਾਂ ਪਤਾ ਨਾ ਫੋਲ ਚੋਲ ਸੱਟਾ ਹਾਂ ਮੂੰ ਅਮਮ ਮੁਬਸ਼ਰ ਗਿਆ ਯੋ ਨੇ ਆਖਿਆ ਮਾਂ ਕਹੇ ਵਿਕਾਰ ਆ ਜਾ ਤਮਕਾਰਾ ਕਾਰਿਆਈ ਪਿਓ ਰਾਜ਼ੇ ਦੁਖੜੇ ਸੁਣਾ ਆਈ ਰੋ ਪੇਟੇ ਆਈ ਪਿਓ ਕੋਲ ਕੀ ਅਮਾਨੂੰ ਦੁਖੜੇ ਸੁਣਾਣ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਪਿਓ ਨੂੰ ਬੱਚੜੇ ਹੁੰਦੇ ਮਾਰ ਆਈ ਹੈ ਮੇਰੀ ਮਾਂ ਹੀ ਜੀ ਗਲਤ ਨਾ ਕੀਤੀਆਂ ਕਰ ਬੱਚੜੇ ਮਾਰ ਆਹੀ ਹੈ ਗਈ ਜਿ ਮੋੜੇ ਤੋ ਬਾਜ ਕੇ ਆ ਤੈਨੂੰ ਹੁੜਿੰਦੇ ਤੈਨੂੰ ਸਕੂਨ ਆਂਦਾ ਪਿਆ ਮੈਂ ਘਾਰ ਆ ਵੜੀ ਤੇ ਸ਼ੁਰੂ ਆ ਗਈ ਨਹੀਂ ਅਜੇ ਤਮੈ ਰਤ ਦੇ ਲਾ ਬੇਗੋ ਤੈ ਹਾ ਫੋਲ ਸੱਟਾਂ ਆ ਜਾਂ ਕੋਈ ਅਗੋ ਤੈਨੂੰ ਬਿਸਮਿਲ੍ਲਾ ਕਰਾਂ ਸ਼ੁਕਰ ਹੈ ਤੂੰ ਬਹੁਤ ਸਤਿ ਹੈ ਮੇਰੀ ਮਾਂ ਮੈਂ ਤੇਰੇ ਨਾਲ ਲੜਨਾ ਨਹੀਂ ਚਾਹਨੀ ਠੀਕ ਹੈ ਮੇਰੇ ਪਿਓ ਮਨ ਸਮਝਾ ਕੇ ਕਹ ਲਿਆ ਮਾਂ ਜੋ ਵੀ ਆਂਦੀ ਰਵੇ ਚੁੱਪ ਕਰਕੇ ਸੁਣਦੀ ਰਵੇ ਤੇ ਉਹ ਸਮਝਾ ਕੇ ਗੱਲਿਆ ਵੀ ਉਹਨਾਂ ਦੇ ਸਿਰ ਚ ਲਿੱਤੋਰ ਨਾ ਕੱਢ ਮੈਨੂੰ ਤੇ ਮੇਰੇ ਪਿਓ ਨੇ ਇਹੋ ਜੀ ਮਾਂ ਤੇ ਦਿੱਤੀ ਕਾਇ ਨਹੀਂ ਨਹੀਂ ਕਿਦੇ ਕੋਈ ਕਿਉਂ ਕਰ ਤੂੰ ਕਿ ਮੈਂ ਆ ਵੜੀ ਤੈਨੂੰ ਪਤਾ ਲੱਗ ਗਿਆ ਵੀ ਮੇਰਾ ਘਰ ਹੈ ਤੇ ਅੰਮਾ ਮੈਂ ਆਮਣਾ ਕੋਈ ਨਹੀਂ ਤੇ ਸਾਂ ਤੈਨੂੰ ਕੱਢਿਆ ਆਉਣਾ ਕੋਈ ਨਹੀਂ ਤੇ ਕੰਮ ਚ ਕੀ ਵੇਜ ਕੋ ਗਾਲ ਚ ਖਰੀ ਵੇ ਤੂੰ ਬਜਦੀ ਮੈਂ ਤਾਂ ਜਾਣਦੀ ਪਈ ਚਾਚੇ ਹਾਲ ਤੇ ਅੱਬੇ ਹਾਲ ਚਾਚੇ ਤੇ ਅੱਬੇ ਹਾਲ ਜਾਂਦੀ ਪਈਆਂ ਮੇਰੀ ਮਾਂ ਕਹਿੰਦੇ ਨੇ ਆਂ ਤੇ ਨਹੀਂ ਕਰਿੰਦਾ ਤੇਰੇ ਘਰਤੀ ਹੁੰਦੀ ਨਾ ਤੇ ਤੈਨੂੰ ਪਤਾ ਲੱਗ ਜਾਂਦਾ ਧੀਆ ਦੇ ਦੁੱਖ ਕੀ ਹੁੰਦੇ ਨੇ ਬਤਾ ਮਾਂ ਮੈਂ ਕਿਛੜ ਧੀਆ ਮੈਂ ਕਿਹੜਾ ਕਾਇ ਨਹੀਂ ਧੀਆ ਮਰ ਤੂੰ ਹੀ ਹੁੰਦਾ ਦੇਣਾ ਕਿਸੇ ਤੈਨੂੰ ਗੱਲੋ ਤਾਂ ਕਦੀ ਵਾਦ ਦੋ ਗਾਲ ਕੀਤੀ ਹੈ ਤੈਨੂੰ ਕੀਤੀ ਨਾ ਜੋ ਦੇ ਆਈਂ ਆਦੋ ਕਣੀਆ ਦਈਆਂ ਜੰਮੀ ਜਾਨੀ ਤੇ ਮੇਰੇ ਮਾਂ ਮੇਰੇ ਬਾਸ ਦੇ ਚ ਗਾਲ ਕੋਈ ਨਹੀਂ ਉਹ ਸੋਨੇ ਖੁਦਾ ਦੀ ਦੇ ਨੇ ਨਾ ਕੋਂ ਦੀ ਨਾ ਸਾਲਵਾਤ ਜਾਵੇ ਜੇ ਅੱਲਾ ਸੋਨਾ ਰੰਗ ਚਲਾਵੇ ਬੂਟਾ ਟੈਮ ਲੱਗ ਜਾ ਉਸ ਵੇਲੇ ਨਾਲ ਬਹੁਤ ਹੈ ਪੱਲੇ ਨੂੰ ਕਾਕ ਵੀ ਛੱਡਿਆ ਹੋਇਆ ਹੁਣ ਮੈਨੂੰ ਇਹ ਦੱਸ ਤੈਨੂੰ ਪਤਾ ਜਾਂ ਮੈਨੂੰ ਪਤਾ ਹੈ ਵਰ ਆਪਤੀ ਦੇਣਾ ਕਪੋਤਰ ਦੇ ਮਨਾ ਹੁਣੇ ਜੋ ਤੁਸੀਂ ਲੜਾਈਆਂ ਸ਼ੁਰੂ ਕੀਤੀਆਂ ਬੈਠੇ ਹੋ ਤੇ ਉਹ ਐ ਰਸਨ ਕਰਾਈ ਗਈ ਨਾ ਉਸਕੀ ਆ ਉਹਨਾਂ ਆਖਿਆ ਸਾਸ ਨੂੰ ਨਾਲ ਲੈ ਕੇ ਆਵੀਂ ਹਾਂ ਲਾ ਤੇ ਹੁਣ ਮੋਬਾਈਲ ਸ਼ੇਅਰ ਕੀ ਦੇ ਆਈ ਉਹ ਦਵਾਈਆਂ ਲੈਣ ਗਿਆ ਡਾਕਟਰ ਨੇ ਦਵਾਈਆਂ ਲੈ ਕੇ ਦਿੱਤੀਆਂ ਸ਼ੁਕਰ ਹੈ ਉੱਥੇ ਮੜ ਪਿਓ ਕੋਲ ਦਵਾਈਆਂ ਕਹੇ ਨਹੀਂ ਲੱਦੀਆਂ ਨਰਾਉਂ ਮੇਰੀ ਮਾਂ ਦਾ ਸਲ ਤੁਹਾਡੀ ਵਦ ਨਹੀਂ ਉਹ ਮੇਰੇ ਪਿਓ ਦੀ ਕਾਇ ਨਹੀਂ ਵਦ ਨਹੀਂ ਠੀਕ ਹੈ ਬਹੁ ਸਿਆਣੀ ਹੈ ਉਹ ਜਾਂਦੀ ਮੈਂ ਤਾਂ ਇਹ ਨਹੀਂ ਤੇ ਇਹ ਜਿੱਦ ਤੇ ਕਿੱਡਾ ਪਤਾ ਵੀ ਇਹ ਨਾ ਆਂਦੇ ਲੱਗਣ ਕੰਜਰਾਂ ਦੇ ਉਹਨਾਂ ਦਾ ਤਾਂ ਨਾ ਰੁਪਈਆ ਲੱਗੇ ਤੇ ਨਸਲ ਤੁਹਾਡੀ ਹੈ ਮੇਰੇ ਪਿਓ ਦੇ ਤਾਂ ਤੇ ਨਸਲ ਸਾਡੀ ਵਧਾਵੇਂ ਤਾਂ ਤਾਂ ਨਾ ਤੂੰ ਤਾਂ ਅਗਲੇ ਸੁਚਿੰਦੀ ਵਧੀਆਂ ਨਾ ਸਾਲ ਨਾ ਸਾਲ ਨਾ ਸਾਲ ਤਾਂ ਵਧੇ ਜੇ ਅੱਲਾਹ ਸਾਨੂੰ ਪੋਤਰ ਦੇਵੇ ਤਾਂ ਮੇਰੀ ਮਾਂ ਮੁੱਤਾ ਤਾਂ ਲੱਗਣਾ ਹੋਇਆ ਦਈਆਂ ਤਾਂ ਪਰਾਇਆ ਮਾਲ ਹੁੰਦਾ ਹੋਇਆ ਲੇਕਿਨ ਮੈਂ ਤੇਰੇ ਨਾਲ ਲੜਨਾ ਨਹੀਂ ਮੇਰੀ ਮਾਂ ਚਾਹਨੀ ਠੀਕ ਹੈ ਮੈਨੂੰ ਆ ਵੇਖੋ ਬਖਸ਼ ਦੇ ਤ ਬਖਸ਼ ਸੱਟੋ ਆ ਮੈਂ ਨਾ ਨੇਤ ਲੜਾਈ ਨਾ ਜੜੀ ਹੈ ਤੁਸੀਂ ਖਤਮ ਕਰ ਸਕਦੇ ਹੋ ਤਾਂ ਵੀ ਕਰ ਛੱਡੋ ఏడే ఆతే ਤੇਰ ਨਾਲ ਲੜਾਈ ਕਰੇ ਤੂੰ ਸੀ ਤਾਂ ਕਦੀ ਵੀ ਨਹੀਂ ਕੀਤੀ ਖਤਮ ਕਰ ਛੱਡੋ ਕੰਮ ਚੋਕੀ ਵੇ ਘਰ ਦਾ ਤੋ ਲੜਾਈ ਬਣ ਜਾਂਦੀ ਖਾ ਫੇ ਖੈਰੀ ਮੇਰੀ ਲੈਣੀ ਤੋ ਤੋ ਬਿਮਾਰ ਹੋ ਜਾਨੀ ਤੇ ਮੇਰੀ ਮਾਂ ਨਾ ਖਾ ਸਤ ਨਾ ਦਵਿਆ ਤੁਹਾਡਾ ਵਰਤਨ ਵੀ ਤੋਂ ਦਿਰਾ ਸਾਰੇ ਕੰਮ ਕਰਦੀ ਰਹਾ ਸ ਹੁਣੋ ਛਾ ਨਾ ਅਡੀ ਤਰੀਕੇ ਵੀ ਘਰ ਵੀ ਨਾ ਆਵਣ ਦਿੱਤਾ ਉਦੋਂ ਹੁੰਦਾ ਉਦੋਂ ਘਾਲ ਨਾ ਛੱਡਿਆ ਡਾਕਟਰ ਕੋਲ ਦਵਾਈਆਂ ਲੈ ਕੇ ਹੁਣੀ ਆਨੇ ਆ ਜਾਵਣਾ ਹੁਣੇ ਹਮਦਾ ਉਸ ਪਿਆ ਕੀਤੇ ਹਾਂ ਹਮਦਾ ਫੇ ਵੇਖਾ

ਤੂੰ ਤਾਂ ਵੇਲੀ ਮੈਂ ਤਾਂ ਠੀਕ ਹੈ ਕੋਈ ਆਪਣਾ ਕੰਮ ਧੰਦੇ ਲੱਗਾ ਤੂੰ ਤਾਂ ਬਾਹ ਕੇ ਮੰਜੇ ਤੇ ਲੈਣਾ ਤੇ ਇਹਨੂੰ ਮੁਰਕੇ ਅੜ ਗਿਆ ਫਿਕਰ ਮਾਂ ਤੈਨੂੰ ਕੀ ਆ ਕਿੱ데 ਜਾਉਂ ਹਾਂ ਅੰਮੀ ਆ ਕੋ ਘਰ ਦੇ ਨ ਲੱਗੂ ਆਂ ਕਿੱ데 ਜਾਣਾ ਤੂੰ ਦੇ ਲਾਂਦਾ ਤੇ ਇਹਦੇ ਬਹੁਤ ਇਹਦੇ ਹੱਥ ਬੰਨੇ ਹੋਣੇ ਨਹੀਂ ਘਰ ਦਾ ਕਰ ਸਕਦੀ ਉਹ ਪਿਆ ਦੀ ਮੈਂ ਡਾਕਟਰ ਕੋਲ ਹੋ ਕੇ ਆਇਆ ਤੇ ਉਹ ਦਵਾਈਆਂ ਲੈਣ ਮੇਰੀਆਂ ਗਿਆ ਤੋ ਕਿੱ데 ਨਹੀਂ ਦਵਾਈਆਂ ਉਹ ਦਵਾਈਆਂ ਵੀ ਲੈ ਲੈਨੇ ਆ ਇੱਕ ਤਾਂ ਖਾਲੀ ਪਾਇ ਜਾਂਦੀ ਹੈ ਉਠੀ ਮੈਂ ਨਾ ਜਾ ਉੱਥੇ ਕੋ ਚਾਹ ਦਾ ਕੋ ਮਕਾ ਗਾਲ ਛੜੇ ਤੋਰ ਘਰ ਵੀ ਨਾ ਆਵਣ ਦਿੱਤਾ ਵੀ ਘਰ ਤਾਂ ਪੇੜ ਲਵੇ ਦਵਾਈ ਕਾ ਮੇਰੀ ਮਾਂ ਹੋ ਗਈ ਆ ਪਰ ਆਪੇ ਪੁੱਛ ਲਾ ਵਹਾ ਨਹੀਂ ਗਿਆ ਹਾਲਾ ਮੱਥਾ ਨਾ ਲਾ ਲਿਆ ਕਰ ਗੂ ਜਿਹੜਾ ਤੈਨੂੰ ਕੰਮ ਆਖਿਆ ਉਹ ਕਰ ਚਾਹ ਦਾ ਘੋਟ ਬਣਾ ਠੋ ਕਰੋ ਸ਼ਾਮ ਹੋਈ ਖਾਲੀ ਉਤਮ ਅੱਧੀ ਰਾਤ ਅਨੇਰੇ ਚਾਤ ਬੰਦਾ ਮਰੇਂਦਾ ਵਸੀ ਆਮੀ ਗੱਲ ਸੁਣ ਮੇਰੀ ਕਿਸੇ ਟਾਈਮ ਨਾ ਠੱਢੀ ਵੀ ਠਕੌਰੀ ਕਰ ਹਾ ਹਾਂ ਪਤਾ ਹੀ ਕੀ ਹੈ ਮੈਂ ਨੂੰ ਜਾ ਕੇ ਕਿਉਂ ਲਾਇਆ ਆਂਦਾ ਹਾਂ ਕਿਉਂ ਲਾਇਆ ਆਂਦਾ ਓਏ ਅੰਮੀ ਪਹਿਲੇ ਤਾਂ ਇਹਦਾ ਕੋਈ ਐਟਰਾਸਾਉਂਡ ਤੱਕ ਰਾਂ ਉਹ ਕੋਈ ਪਤਾ ਲੱਗੇ ਭਈ ਜੇ ਪੋਤਰ ਦਸ ਦਿਨ ਤੱਕ ਮੋੜ ਐਵੇਂ ਨੂੰ ਮਾਰੀ ਕੁੱਤੀ ਰਖੀਏ ਘਾਰੇ ਜਲੀਲ ਕਰੀਏ ਤਾਂ ਮੋਰ ਤਦ हां जत्ती है जत्ती वाली गल है मैं भी सोचया है अकल ਨਾਲ ਤੇ ਮੈਂ ਵਗ ਗਿਆ ਉਹ ਮেরে રે ਨਾ ਚ ਕੋਈ ਨਾ 1300 ਵਾਲੀ ਗੱਲ ਚੈੱਕ ਕਰਾ ਲਵੀਆ ਵਿਖਾ ਲਵੀਆ ਸਭ ਤੋਂ ਪਹਿਲੇ ਇੱਕ ਰਾ ਹਾਂ ਇਹਦੇ ਨਾਲ ਜਾ ਕੇ ਆਲਾ ਉਹਦੇ ਵਿੱਚ ਕੀ ਦਸੇਂਦੇ ਨ ਕੀ ਨਹੀਂ ਦਸੇਂਦੇ ਉਸ ਤੋਂ ਪਿੱਛੇ ਨਾ ਜੀ ਉਹ ਹੀ ਦੀ ਤਾ ਇਹਦਾ ਮਕੂ ਬਾਨ ਲਿਛਾ ਜੀ ਹੋਇਆ ਪੋਤਰੋ ਹਾਂ ਤੇ ਮੇਰੇ ਘਰੇ ਲੱਗੀ ਵਸੀ ਨਹੀਂ ਮੋੜ ਸਕਿਆ ਗੱਲ ਨਹੀਂ ਮੋ ਲੱਗੀ ਵਸੀ ਕਿ ਆਪਣਾ ਘਰ ਐਸੋ ਹੁਣ ਠੀਕ ਤੇ ਹੋਣ ਲੱਗੀ ਜਾ ਮੇਰੀ ਮਾਂ ਉਹਨੂੰ ਆਖੋ ਆਗ ਤੇ ਨਾ ਬਾਉ ਤੂੰ ਮੇਰੀ ਧੀ ਤੂੰ ਆਰਾਮ ਕਰੋ ਤੇ ਚਾਦਾ ਘੋਟ ਮੈਂ ਬਣਾਈਨੀ ਆ ਹਲਾ ਖੁਸ਼ ਆ ਮਾਤੋਂ ਕਰਨ ਲੱਗ ਪਮ ਪੋਤਰੇ ਦੇ ਮਗੇ ਰੀਤਣਾ ਵੀ ਨਹੀਂ ਉਭਾ ਹਾਂ ਤਾਂ ਹੋਇ ਪਿਆ ਨਹੀਂ ਬਿਉਣ ਮੋੜ ਅੱਲਾ ਸੋਣਾ ਪੋਤਰ ਚ ਦੇਵੇ ਪੋਤਰਾ ਵੀ ਤਾਂ ਖਿਲਾਵਣੀ ਨਾ ਮੋੜ ਮੈਂ ਸਾਰਾ ਇਹਦਾ ਕਰੇ ਸਕੋ ਨਹੀਂ ਮੈਂ ਕਰਨਾ ਲਾ ਠੀਕ ਹਾਂ ਮੈਂ ਬਣਾਈ ਨਹੀਂ ਚਾਹ ਦਾ ਗੋਟ ਮੋੜਾ ਆਪੀ ਉਹ ਰਾਮ ਮਿੱਠਾ ਬਣਾਵੀ ਹਾਲਾ ਹਾਏ ਸ਼ੁਕਰ ਹੈ ਮੇਰੀ ਮਾਂ ਦੇ ਜ਼ਿਹਨ ਵਿੱਚ ਗੱਲ ਬੈ ਗਈ ਹੈ ਜਿਹੜੀ ਮੈਂ ਕੀਤੀ ਹੈ ਤੇ ਬਾਕੀ ਖੈਰ ਹੋਵੇ ਚਾਹ ਦਾ ਗੋਟ ਪੀਨੇ ਆ ਇਹ ਦੀਆਂ ਦਵਾਈਆਂ ਵੀ ਲਾ ਆਵਾ ਉਹ ਨਾ ਹੋਵੇ ਅੱਖੇ ਭਈਏ ਤਾਂ ਮੇਰੇ ਗਿਆ ਲਾ ਆਂਦਾ ਇਸੁੱਤੇ ਦਵਾਈਆਂ दारू ਵੀ ਨਹੀਂ ਪਿਆ ਕਰਦਾ ਜਿੱਤਾਂ ਤਾਈ 800 ਨਹੀਂ ਹੁੰਦਾ ਉਤਾਂ ਤਾਈ ਤਾਂ ਖidmat ਕਰਨੀ ਪਉਸੀ ਤੇ ਉਹ ਕਰਦਾ ਹੋਇਉ ਭਾਈ ਹੱਥ ਬਾਹਨ ਕੀ ਕਰਨੀ ਹੋਈ ਫਰਜ਼ਾਨਾ ਕਿਦੇ ਗਏ ਨੋ ਪੱਤਣ ਲੈ ਗਏ ਕਿਦੇ ਨੂੰ ਉਹ ਕਿਦੇ ਹੋ ਅਗਾ ਬਾਜਿਆ ਨਹੀਂ ਠਾਕ ਗਿਆ ਬੰਦਾ ਟੋਟ-ਟੋਰ ਕੇ ਸੁਣਾ ਕੀ ਹਾਲ ਹੈ ਛੋਰਾ ਠੀਕ ਹੈ ਠੀਕ ਹੈ ਠੀਕ ਠਾਕ ਤੂੰ ਸੁਣਾ ਜ ਕਿਦਾਂ ਸੁਣਾ ਠੀਕ ਹੋਏ ਕਿਧੇ ਫਿਰਦਾ ਵਦਾਂ ਅੱਜੋ ਮੈਂ ਆਖਿਆ ਹੋਏ ਹਾਂ ਤੇ ਤੁਸੀਂ ਤੇ ਘਰ ਬੈਠੇ ਬੰਦੇ ਹੋ ਮੈਂ ਨਾ ਹੋਏ ਛੋਰਾ ਮੈਂ ਗਈ ਹੋਇਆ ਮੈਨੂੰ ਡਾਕਟਰ ਤੇ ਲੈ ਕੇ ਸਾਧ ਮਾਰ 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 ਕੇ ਸਿਰ ਬੋਰਾ ਹੋ ਗਿਆ ਗੋਣੇ ਲੈ ਗਈ ਹਾਂ ਬਾਜਵੇ ਦੇ ਹਸਪਤਾਲ ਹਾਂ ਸਾਧਿਆ ਕੋਣ ਹਾਂ ਐਡਰੈਸ ਆਨ ਕਰਾਉਣਾ ਆਬ ਅੱਲਾ ਸੋਣਾ ਜੇ ਖੈਰ ਚ ਕਰੇ ਤਾਂ ਕੀ ਮੋੜ ਦੱਸਿਆ ਨੇ ਕੀ ਬੋਤਰ ਦੱਸਣਾ ਨੇ ਦੇ ਦੱਸਿਏ ਨੇ ਹਾਂ ਦੇ ਦੱਸਿਏ ਨੇ ਤੋ ਸਾਰਾ ਦਾ ਐਡਾ ਬੰਦੇ ਨਾ ਟੈਨਸ਼ਨ ਬਣੀ ਖੱਲ ਅੱਲਾ ਮੇਰੀ ਗੱਲ ਸੁਣ ਜਿਹੜਾ ਨਾ ਉਹ ਗਫੂਰੁ ਰਹੀਮ ਹੈ ਹਾਂ ਜਿਹੜਾ ਉਤਾ ਖੋਤਾ ਹੈ ਹਾਂ ਇੰਨੀ ਗੱਲੇ ਨੇ ਮੈਂ ਜਿਹੜੀਆਂ ਦੀਆਂ ਹੁੰਦੀਆਂ ਨਾ ਉਹ ਰੱਬ ਦੀ ਰahmat ਹੁੰਦੀਆਂ ਹਾਂ ਧੀ ਜਿਹੜੀ ਹੈ ਨਾ ਉਹ ਸਮਝੇ ਉਹ ਵਿਵਕਸ਼ਿਸ਼ ਕਰੇ ਨਾ ਉਹ ਪੁੱਤਰਾ ਇਹਨਾਂ ਦੀ ਗੱਲ ਹੈ ਮਾਇਆ ਦੀਆਂ ਮਿਹਰੇ ਦੇ ਨੱਚਾ ਤੇ ਪਿਓ ਅੱਕੇ ਕੋਈ ਨਹੀਂ ਨੇ ਤੇ ਉਹ ਵੀ 러ਵੀ ਉਮਾਰਾ ਸੋ ਤੇ ਅੱਲਾ ਸੋਣਾ ਟਾਈਮ ਨਾਲ ਬੂਟਾ ਚਲਾਓ ਸਾ ਤੇ ਮੈਂ ਵੀ ਚਲੋ ਜਿੰਦਿਆਂ ਜਿੰਦਿਆਂ ਖੁਸ਼ੀ ਵੇਖ ਲਵਾ ਮੁਰਜੋ ਅੱਲਾ ਨੂੰ ਮਨਜ਼ੂਰ ਹੋਣੀ ਤਾਂ ਪੁੱਤਰ ਹੁੰਦੇ ਨੂੰ

चलो ए ना ना उम्मीद तो नहीं ना चलो कभी रब पुत्र च देसी हां अल्लाह दे आगे भी थी हां हुई आ दो हां हां तेरा सुना पुत्र यार और सही है शोदा बा सही हो तेरी टेंशन रहंदी शोर और केड़ी टेंशन है ठीक कर राम पुत्रा मैं त ते औलाद लो बंदे उखे आगे हो दो होया पता ही हो भी हां ਚਾਰ ਦਾ ਵਿਦੈਲ ਭੈੜਾ ਹੋ ਜਾਂਦਾ ਮੋੜੋਂ ਨਹੀਂ ਹੋਇਆ ਖਿੰਦਾ ਵੀ ਅੱਲਾ ਪੁੱਤਰਾ ਮੋੜ ਅੱਲਾ ਦੇ ਵਾਸਤੇ ਨਾ ਮੇਰਾ ਕੋ ਜ਼ੋਰ ਹੈ ਤੇ ਨਾ ਕੋਈ ਹੋਰ ਕੀ ਸੇਦਾ ਜੋ ਅੱਲਾ ਨੇ ਮਨਜ਼ੂਰ ਹੋਣੀ ਹੋਣੀ ਤਾਂ ਹੋਈ ਹੈ ਬਾਵੇਂ ਅਸੀਂ ਜਿਵੇਂ ਵੀ ਆਂਦੇ ਰਹੀਏ ਚਲੋ ਅੱਲਾ ਵਾਰਸ ਸੇ ਮੁਰ ਖੈਰ ਹੋਵੇ ਮਸ਼ਾਅੱਲਾ ਖੈਰ ਹੈ ਤੇ ਕੋਈ ਨਹੀਂ ਮੋੜ ਜੇ ਤਦੇ ਪੈ ਨੇ ਮੁਰਸਾਨ ਕਹ ਦਸਿਆ ਪੁੱਛਿਆ ਨਹੀਂ ਅਜੇ ਤਾਂ ਮਉਂਦੇ ਪੈਸੇ ਹੂੰ ਜੀ ਹੈ ਨਾ ਮੁਰ ਇਹ ਜਿਹੜਾ ਹੁੰਦਾ ਨਾ ਇਹ ਵਕਤ ਹਾਂ ਇਹ ਮਾਂ ਵਾਸਤੇ ਆਂਦੇ ਨਾ ਆਂਦੇ ਫੱਟੇ ਤੋਂ ਚੜ ਕੇ ਲਾਣਾ ਨਹੀਂ ਇਹ ਜੀ ਗੱਲ ਹੈ ਨਹੀਂ ਦੋਵਾਂ ਦੀ ਜ਼ਿੰਦਗੀ ਹੋਵੇ ਤਾਂ ਖੈਰ ਨਾਲ ਹੋਣੇ ਹਾਂ ਖੈਰ ਖਰੀਆ ਤਾਂ ਹੋਵੇ ਇਨਸ਼ਾਅੱਲਾ ਖੈਰ ਹੋਵੇ ਚ ਗੁਰਦੂ ਖੈਰ ਹੋਣੇ ਹੁਣ ਮੇਰਾ ਚੋ ਕੋਈ ਨੀ ਤਰਕੜੀ ਹੋ ਪਰੇਸ਼ਾਨ ਨਾ ਹੋ ਚੋ ਰੌਣ ਮੇਰਾ ਬੜਾ ਖੋਸ਼ ਹੋਣਾ ਬੇਮਾਂ ਲਾਇਕ ਗਈ ਹੁੰਦੇ ਸੇਲੋਂ ਮਾਂ ਦਸਣਾ ਉਸ ਮੋੜ ਪਰੇਸ਼ਾਨ ਹੋ ਜਾਸੀ ਗਿਆ ਪਤਾ ਕੀ ਗੱਲ ਹੈ ਬੰਦੇ ਦੇ ਦਿਲ ਵਿੱਚ ਹੋਰ ਹੁੰਦੀ ਹੈ ਅੱਲਾ ਦੇ ਦਿਲ ਵਿੱਚ ਤਾਂ ਗੱਲ ਨਹੀਂ ਹੈ ਤੂੰ ਜਿਹੜੀ ਹੋ ਕਰੇ ਨਾ ਉਹ ਬਿਹਤਰ ਹੁੰਦੀ ਖੈਰ ਇਹਦੀ ਕਾ ਬਿਹਤਰੀ ਹੋਸੀ ਨਾ ਤੇ ਅਲਾਹੁਣ ਐਵੇਂ ਪਰੇਸ਼ਾਨ ਹੋਏ ਖੋਤੀ ਨਹੀਂ ਮੈਂ ਪਰੇਸ਼ਾਨ ਕੋਈ ਨਹੀਂ ਨਹੀਂ ਕਾਏ ਨਹੀਂ ਪਰੇਸ਼ਾਨ ਹੋ ਖੈਰੀ ਮੈਰੀ ਹੂੰ ਘੜੀ ਪਰੇਸ਼ਾਨ ਤੇਰੇ ਨਾਲ ਐ ਨਾ ਹਾਂ ਧੇਰ ਹੁੰਦਾ ਮੀਆਂ ਦਾ ਮੇਂ ਆ ਤੇਰੇ ਨਾਲ ਕੋਈ ਚੰਗਾ ਇਸੋ ਨਹੀਂ ਜੇ ਦੋਦੀ ਆਈ ਹੋਈ ਅੰਮਾ ਹੀ ਸਾਰਾ ਕੰਮ ਕਰੇਂਦੀ ਵਾ ਮੈਂ ਕਾ ਫਿਕਰ ਤੁਹਾਡ ਤੇਰਾ ਇਸ ਵਾਸਤੇ ਕਰਦੀ ਕੰਮ ਜੇਦਾ ਹੁਣ ਲੈ ਕੇ ਆਇਆ ਹੈ ਉਹਦੋਂ ਘਰ ਵੀ ਕੋਈ ਨਹੀਂ ਰਹਾ ਹੁੰਦਾ ਦਵਾਈਆਂ ਲੈਣ ਵਾਗ ਗਿਆ ਮਨ ਕੱਲੀ ਨੇ ਛੱਡਿਆ ਕੱਲੀ ਘਰ ਆਈ ਹੈ ਖਿਆਲ ਰੱਖਦਾ ਸੋ ਡਖੈਰੀ ਮੇਰੀ ਖਿਆਲ ਕਰੇਂਦਾ ਸੋ ਰੱਖਦਾ ਸੋ ਮੜੋਂ ਮੈਂ ਕੋਈ ਰੱਖੇ ਤੋ ਮੋਂ ਮੁੱਲ ਆਖਦਾ ਮੂੰਹ ਸਾਥੋ ਨਹੀਂ ਪਦੇਂਦਾ ਤੇ ਆਪਣੇ ਆਲੋ ਤਾਂ ਘਾਟਾ ਕਾਦੀ ਨਹੀਂ ਘਤਿਆ ਚਲੋ ਖੈਰ ਉਸੀ ਕੋਈ ਨਹੀਂ ਹਲਾ ਬਾ ਤੇਰੇ ਪੇਉ ਨੂੰ ਅੱਖਾਂ ਉਹ ਚੱਕਰ ਲਾ ਜਸ ਹਾਂ ਲਾ ਜਸ ਤੇ ਤੂੰ ਅੱਜ ਕਿਵੇਂ ਕਿਵੇਂ ਕਿਹਾਗਾ ਕਿਦਾਂ ਗਿਆ ਹੋਇਆ ਮੈਂ ਅਜੇ ਕੋਨਾ ਮੁ ਗਿਆ ਹਲਾ ਆਇਆ ਤਾਂ ਮੈਂ ਇੱਧੇ ਹਲਾ ਸਾਡੇ ਤਾਈ ਆਇਆ ਤੇ ਮੈਂ ਆਖਿਆ ਮਿਲੇ ਜਾਵਾ ਸਹੀ ਚਲੋ ਬਲਾ ਆਵੇ ਚਲੋ ਖੈਰ ਠੀਕ ਆ ਖੈਰ ਹੋਵੇ ਸ਼ਾਲਾ ਮੋੜਨ ਤਦਸੀ ਪੁੱਛੀ ਰਕਸਾ ਮੋੜਨ ਹਾਂ ਨਗਦੇ ਕੋਈ ਵੀ ਨਹੀਂ ਹੁੰਦਾ ਮੂੰਹ ਨਾ ਭੇੜਾ ਕਰ ਨਾ ਇਹ ਨਹੀਂ ਕੋਈ ਨਹੀਂ ਸੁਭੇੜਾ ਮੂੰਹ ਕਰੇ ਮਰੀ ਅਗਲੀ ਤੂੰ ਤੂੰ ਪੋਤਰੀ ਚ ਦੇ ਕੈਰੀ ਮਰੀ ਅਗਲੀ ਖਾਂਦੀ ਪਿੰਦੀ ਸਾਰਾ ਕਰੇ ਕੋਈ ਸ਼ਕਾਇ ਨਾ ਲੱਭਸਾ ਨਾ ਮੰਨ ਤੇ ਮੈਨੋ ਸੇ ਤੂੰ ਤੋੜ ਕੇ ਆਇ ਨਾ ਬੇਤਰ ਪਤਾ ਸਾਰਾ ਲੱਗਦੀ ਆ ਦਰ ਚਲਦੀ ਆ ਨਹੀਂ ਨਹੀਂ ਤੇ ਉਹ ਬੰਦਾ ਥੋੜਾ

ਦੇਮਨੀ ਤਾਂ ਸੋਨੇ ਰਾਬੇ ਬੁਲਾਤ ਪਰ ਨਹੀਂ ਚੋਲੀ ਉਹਨੇ ਤੂੰ ਮੇਰੀ ਇਹ ਦੀਂ ਦੇ ਵੰਡੇ ਦੀ ਹੂੰ ਹੁਣ ਜੋ ਫਲ ਜਮ ਸੇ ਉਹ ਫਾਲ ਤੇ ਬੱਕਰੀ ਦੀਨ ਉਹ ਦੇ ਉਸਾ ਕਰਮਾਲੀਏ ਇਲਾ ਆ ਖਾ ਸੁਣ ਸੁਣ ਪਾਤਰ ਹੀ ਨਹੀਂ ਇਲਾ ਸ਼ਾਬਾਸ਼ 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 ਕਮਲੀਏ ਅੱਲਾ ਤੈਨ ਫਲ ਫੁੱਲ ਲਾਏ ਸੋਨੇ ਫਾਲ ਦੇਵਤਨ ਤਾਂ ਕਿ ਮੇਰੀ ਦੀ ਮਜ਼ੀਤੀ ਉਹ ਬੱਕਰੀ ਉਹ ਇਹ ਨਾ ਕਿ ਅੱਬੇ ਮੇਰੇ ਬੱਕਰੀ ਭੁੱਖ ਤੇ ਮਾਰ ਚੋਈ ਕਮਲੀਏ ਮੈਂ ਕਿਈ ਮਾਰਨੀ ਹੁ ਭੁੱਖ ਤੇ ਮੈਂ ਤਾਂ ਅੰਦਰ ਮੇਰੀ ਦੀ ਦੀ ਬੱਕਰੀ ਸਦਾ ਖੁਸ਼ ਵਧੀ ਰਹੇ ਹੈ ਅਜੇ ਆਇਲਾ ਆਇਲਾ ਉਹ ਭੜੇ ਨਹੀਂ ਐਂ ਤੋ ਭੈੜਾ ਹੈ ਇਹ ਉਹ ਮੇਰਾ ਪੋਤਰਾ ਮੋਰਸ ਇਹ ਕਾ ਰੋਟੀ ਇਕਾਸ਼ ਖਵਾਈਏ ਨਾ ਮੂੰਹ ਚ ਖੋ ਰਹੀਂਦੀ ਉਹ ਮੇਰਾ ਪੋਤਰਾ ਮੋਰ ਹਿੱਲੀ ਹੋਈ ਉਹ ਭੈਣ ਤੇਰੀ ਦੀ ਬੱਕਰੀ ਭੈੜੀ ਹਿੱਲੀ ਹੋਈ ਹੈ ਹਾਂ ਕਿਦਾਂ ਕੀ ਆਉਂ ਆਵੇਂ ਜਿਹੜਾ ਨਾ ਤੂ ਤੂ ਮਾਇ ਮਾਇ ਤੇ ਆਵੇਂ ਜਿਹੜੇ ਜਾਣਦੇ ਨਾ ਜ਼ਿਹਨ ਮੁਗਾਲਤੇ ਹਾਂ ਤੇ ਗਲਤ ਗੱਲਾਂ ਹਾਂ ਉਹ ਨਹੀਂ ਉਹ ਤੈਨੂੰ ਪਤਾ ਹੈ ਜਿਵੇਂ ਦੀ ਸਾਡੀ ਫਰਜ਼ਾਨਾ ਹੈ ਨਾ ਹਾਂ ਹਾਂ

ਕੰਨਾਂ ਦੀ ਦੇਵਤਾ ਧੀ ਹੁੰਦੀ ਦਾ ਮੈਂ ਉਹਨਾਂ ਨੂੰ ਟੈਨਸ਼ਨ ਵਾਇਤ ਰਹਾ ਮਾਤੇ ਅੱਲਾਹ ਦਾ ਸ਼ੁਕਰ ਬੰਦੇ ਉਹ ਵੀ ਤਾਂ ਮੰਨਤਾ ਨਾ ਲੈੰਦੇ ਤੇ ਮੋੜ ਦੇ ਦੀ ਵੈਰੀ ਮਿਠਾਈਆਂ ਮੇ ਵੰਦੇ ਬਿਲਕੁਲ ਖੁਸ਼ੀਆਂ ਕਰੰਦੇ ਅਸਲ ਤਾਂ ਵੈਸੇ ਇਸਲਾਮ ਅਲੋ ਵੇਖਿਆ ਜਾਵੇ ਨਾ ਹਾਂ ਤੇ ਪੁੱਤ ਨਾਲ ਧੀ ਦੀ ਢੇਰ ਖੁਸ਼ੀ ਹੋਣੀ ਬਿਲਕੁਲ ਹੋਣੀ ਚਾਹੀਦੀ ਕਿਉਂਕਿ ਜਿਹੜੀ ਧੀ ਹੈ ਉਹ ਦੀ ਮੰਜੀ ਦੀ ਵਾਰ ਹੈ ਹਾਂ ਜੀ ਜਿਹੜੀ ਜਿਹੜੇ ਪੁੱਤਰ ਨੇ

ਮੈਂ ਜ਼ਰੂਰ ਜਾਸਾਂ ਹਾਂ ਕੱਲ ਕੱਲ ਜ਼ਰੂਰ ਜਾਸਾਂ ਹਾਂ ਤੂੰ ਇਹ ਕਰੇ ਪਤਾ ਕਰ ਆਓ ਸੋ ਠੀਕ ਹੈ ਤੇ ਬਾਕੀ ਸੱਤੇ ਸੌ ਕੈਸੋਸ ਰੰਗ ਕੈਸੋ ਕੋਈ ਵੀ ਨਹੀਂ ਅੱਛਾ ਇਹ ਕਰ ਨਹੀਂ ਐਨ ਪਾਣੀ ਪੀਵਾਂ ਮਣੀ ਤੇ ਬੰਨਣਾ ਹਾਂ ਹਾਂ ਤਾਂ ਮੈਂ ਮੋੜਾ ਬਾਮੂ ਕਲ ਹੋਈ ਆ ਵਾ ਉਹਦੀ ਮੱਝ ਮੋਈ ਆ ਚਲੋ ਉਹ ਪੁੱਛ ਜਾਵਾਂ ਤੇ ਇਹ ਮੇਰਾ ਪੁੱਤ لازਮੀ ਕਰੇ ਚਲੋ ਠੀਕ ਹੈ ਹਾਂ ਇਹ لازਮੀ ਕਰੇ ਆਇਓਨ ਕਾਲਾ ਤੇ ਮੋਰ ਮੈਂ ਤੇਂ ਪੀਵੈਂਦਾ ਵੀ ਹਾਂ तेरे तकान मेरे करना ना भी बड़े नो निकू चच्ची यार को कॉल ला टाइम ना लो कोंजला जला बंदे हर जो लाई खड़ोते हैं को तेरी खड़ा भी आत मार ले कर दे तो लम आंट भाग गया है छोड़ दम्मी में भूखा भाग गया दोपहर आता है सुत्ती रन नहीं है

ਓ ਕੀ ਹੋ ਗਿਆ ਇਹਨੇ ਉਹ ਆਖਣਾ ਹੁੰਦਾ ਤਾਂ ਤੂੰ ਕਰ ਉਹ ਬੂਏ ਚ ਬੰਦਾ ਲਾਤਨ ਦੇਰ ਧਰਦਾ ਐ ਸੁੱਖ ਵਾਸਤੇ ਉਹ ਘਰ ਹੁੰਦੇਣ ਸੁੱਖਾਂ ਵਾਸਤੇ ਬਾਹਰੂ ਬੰਦਾ ਆਵੇ ਤਾਂ ਘਾਰੇ ਚ ਸਾਰੇ ਹੱਸਦੇ ਖੇਡਦੇ ਨਜ਼ਰ ਆਉਣ ਮੈਂ ਤਾਂ ਜਦੋਂ ਨਹੀਂ ਆਇਆ ਇੱਕ ਦੂਵੇ ਦੇ ਖੌਰੂ ਬੌਰੂ ਹੀ ਹੋਇ ਹੋਇ ਉਹਦੇ ਉਹ ਮੇਰੀ ਮਾਂ ਉਹਨੂੰ ਕੰਮ ਦੰਦਾ ਨਾ ਕਰਾਇਆ ਤਾਂ ਕੀ ਏ ਹਾਂ ਕਰਾਇਆ ਇਆਂ ਮੈਟਰਾਸਾਂ ਜਿਹੜਾ ਪਿਆਨਾ ਕਰਾਇਆ ਪਤਾ ਲੱਗ ਜਿ세ਈ ਕੋ ਨਾ ਮੁਰਦੇ ਦੱਸ ਗਏ ਅੰਮੀਏ ਤੂੰ ਕੀ ਪਿਆ ਮੈਂ ਨਹੀਂ ਆਂਦੇ ਭਈ ਉਹ ਨਾ ਆਖਿਆ ਮੈਂ ਆਂਦੇ ਪਈਆਂ ਔਰ ਆਵੇਂ ਨਾ ਕਿਉਂ ਸਾਡੇ ਾਰਮਾਨਾਂ ਤੇ ਪਾਣੀ ਫੇਰੀ ਖਲੀ ਐ ਹਾਂ ਉਹ ਲੈ ਮਗਰੂ ਉਹ ਬਲਾਂ ਕੀਦੂ ਗਾਲ ਪਈ ਆਈ ਹੁਣ ਕੀ ਇੱਥੇ ਕੀ ਪਈ ਕਰੇਨੀ ਐ ਇਸ ਗਰਾਂ ਦੇ ਪਈ ਹੋਰ ਕੀ ਕਰਨਾ ਹੁਣ ਇਸ ਘਾਰੇ ਤੇਰੇ ਰਾਣ ਦੀ ਕੋਈ ਜਗ੍ਹਾ ਨਹੀਂ ਦਾਣਾ ਧਿਆਆ ਨਾਲ ਇਸ ਗਾਰੀ ਚ ਤੂੰ ਚੁੱਪ ਕਰਕੇ ਵਗ ਜਾਵੇਂ ਤੱਕ ਸਰੀ ਗੱਲ ਲੈ ਮੁਬਸ਼ਰ ਹੂੰ ਤੂੰ ਵੀ ਸ਼ੁਰੂ ਆ ਗਿਆ ਲੜ ਲੱਗੇ ਮੈਂ ਤਾਂ ਹੂੰ ਤੂੰ ਨਹੀਂ ਨਹੀਂ ਮੈਂ ਤਾਂ ਤੈਨੂੰ ਅਹੀਂ ਤਲੀਆਂ ਤੇ ਚਾ ਕੇ ਲਈ ਵਤਣਾ ਹੋਇਆ ਮੈਂ ਤੇਰੇ ਨਾਲ ਕਿਦੋਂ ਲੜਦਾ ਪਿਆ ਓ ਮਨਉਸਾ ਹੈ ਲੈ ਜਾ ਮੇਰੇ ਮਗਰੂ ਜਿਵੇਂ ਜਾਣਦੀ ਹੈ ਨਾ ਆਏ ਮੇਰੇ ਜੁੜੇ ਹੋਏ ਹੱਥਾਂ ਨੂੰ ਵੇਖੋ ਤੇ ਮੇਰੇ ਮਗਰੂ ਲੈ ਜਾ ਤੇ ਅੱਬੇ ਦੇ ਕੋਲ ਤੇ ਜਦੋਂ ਗਿਆ ਸੀ ਉਹਦਾ ਬੜਾ ਪਿਆਰ ਮਾ ਬਰਨਾ ਲੈ ਕੇ ਆਇਆ ਜੀ ਮੈਂ ਗਈ ਜੂ ਹਾਂ ਮੋ ਤੋ ਥਾਈ ਰਾਂ ਦੇਣਾ ਹੀ ਉਹ ਸੈ ਤੂੰ ਉਤਾਰਿਆ ਮੋ ਗਲਤੀ ਕਰ ਬੈਠਾ ਹਾਂ ਹੈ ਜਿਹੜਾ ਮਗਰ ਜਾ ਕੇ ਤੈਨੂੰ ਲਾਏ ਆਂਦਾ ਹੈ ਤੋ ਤਾਂ ਇਹਸ ਤੂੰ ਲਾਏ ਆਂਦਾ ਹੈ ਬਈ ਚਲੋ ਕੋਈ ਪੋਤਰ ਦੀ ਆਸ ਉਮੀਦ ਲੱਗ ਜਾਸੀ ਪਰ ਤੇਰੇ ਰੰਗੇ ਮੂੰਹ ਤੇ ਏਡੀ ਵਾ ਕਿ ਕਿਦੂ ਬਲਣਾ ਅੱਛਾ ਸਿਰਫ ਇੱਕ ਲਾਲਚ ਦੀ ਵਜਾ ਤੂੰ ਲੈ ਕੇ ਆਇਆ ਹੈ ਹਾਂ ਲਾਲਚ ਦੀ ਵਜਾ ਤੂੰ ਪੁੱਤਰ ਚਾਹੀਦਾ ਏ ਕੌਤਨ ਪੁੱਤਰ ਕਿ ਦੁਦਾਵਾਂ ਨਹੀਂ ਖੋਜ ਮੱਠੀ ਰਹੀ ਕਾ ਰਕੂ ਜ਼ਬਾਨ ਕੋ ਘਾਟ ਚਲਾਈ ਕਾ ਰੋ ਗਾਲ ਕਰ ਨਹੀਂ ਮੁਕਦਾ ਤੱਕ ਸ਼ੁਰੂ ਹੋ ਜਾਣੀ ਹੈ ਅੰਮੀ ए नून तो है आपका का, या नू का थक्की थक्की है या माए नु का ढणा मा तक के थक के पईया है ओ तेरे नाक के चमू सो कोई नहीं तेरी जितनी दानत लेंदे रही है ना। ना। ए नु कोई नहीं तू थई अब... ही खली रह जाननी है भाई थाई रह ना अब बाऊ ना ते आप ही लाए वैसे अब बात थक के या पे नु ला जावे जे मैं कल ही सोता आए वगर वगर मेरे को ना कीती करो नहीं जाली है ना क्यों निकला ऐ जावे ना तेनु मैं ऐ दसना है ना तू क्यों निकले औ दवे की गल

ਮਾਮਾ ਐਵੇਂ ਤੂੰ ਉਹਦੀਆਂ ਗੱਲਾਂ ਦੇ ਵਿੱਚ ਆ ਜਾਣਾ ਮੈਂ ਸਾਰੇ ਸੁਣਦਾ ਪਿਆ ਮੂੰਗਲ ਮੁੜ ਕੇ ਲੋਕ ਤਾਂ ਕਦ ਦਾ ਨਾ ਸੁਣਦਾ ਪਿਆ ਬਕਵਾਸ ਨਾ ਕਰ ਬਕਵਾਸ ਨਾ ਕਰੋ ਸ਼ਰਮ ਨਹੀਂ ਨਹੀਂ ਜਾਂਦਾ ਤੂੰ ਹੁਣ ਮੈਂ ਦੂ ਘਰ ਰੱਖਸਾ ਹਾਂ ਲੈ ਜਾ ਐ ਹਾਂ ਹਾਂ ਜਾ ਜਾ ਕਰ ਲੇ ਤੂੰ ਇਹ ਕਰ ਲੈ ਮਿਹੜਾ ਹੁੰਦਾ ਵੀ ਗੱਲ ਆ ਜਾ ਤੇਰੇ ਮੂੰਹ ਤੋਂ ਸਾਟ ਮਾਰੀ ਤੂੰ ਹੋੜ ਬੈਣਾ ਨਹੀਂ ਮਾਮਾ ਇੱਕ ਗੱਲ ਮੇਰੀ ਵੀ ਸੁਣ ਲੈ ਅੱਬੋ ਤੁਸੀਂ ਸਾਡੀ ਵਾਸਤੇ ਅਜਲਾ ਮਾਰ ਗਏ ਤੇ ਅਸੀਂ ਤੁਹਾਡੀ ਵਾਸਤੇ ਮਾਰ ਗਏ ਅੱਜ ਤੂੰ ਪਿੱਛੇ ਨੂੰ ਆਖੀ ਇਸ ਘਰੇ ਲੱਤ ਨਾ ਪਈ ਧਰੇ ਨਹੀਂ ਤਾਂ ਲੱਤਾਂ ਵਾਰ ਜੁੜਸਾਂ ਨਾ ਸੁਥਰਾ ਟੁਗ گور ਵੇਖੋ ਬੇਸ਼ਰਮ ਜਈ ਓਏ ਦੀ ਮਾਂ ਦੀ ਵੀ ਆਦਤ ਆਈਆ ਆ ਕੱਦਾ ਨਾਲ ਲੱਗ ਲੱਗ ਕੇ ਗੱਲਾਂ ਸੁਣਨੀਆਂ ਲੋ ਵੀ ਸੁਣਦਾ ਨਹੀਂ ਪੈਗਾ ਤਾਂ ਨਹੀਂ ਆਇਆ ਮੋੜ ਉੱਥੇ ਖਲੋ ਕੇ ਸਵਾਨੀ ਮਰਦ ਦੋਵਾਂ ਦੀ ਯੋ ਆਦਤ ਹੈ पता नहीं अम्मी तेन जहान दुनिया ते और रिश्ता कोई ना था। मैं उन की करा उन मैं जो है मुसीबत ला ए जासी मगरू ए, ला ए ना जासी है। मेरे मगरू ला ला उन और मुड़ के मैं ला भी ए, मैं मेरे मगरू तू कोई ना लाई ना ते। मैं तो आड़े मगरू जरूर जासी। ते हुन लाए ना सगर जावी ना ना जामी अगे भी तू बज के ਮੈਨੂੰ ਕਿਹੜਾ ਪਤਾ ਆਈ ਬਈ ਇਹ ਨਵੀਂ ਮੁਸੀਬਤ ਤੇ ਮਾਏ ਪਾਏ ਜਾਵਣਾ ਮੈਂ ਤਾਂ ਇਸ ਤੂੰ ਕੀ ਹੋਮੋ ਮੈਂ ਜਿਤੈ ਨਾ ਖਿਆ ਬਈ ਆ ਜਾ ਸਿੰਘਾਰੋ ਐਡਰੈਸ ਹੋਂ ਕਰਵਾਈ ਸਾਂ ਕੀ ਪਤਾ ਪੋਤਰ ਚ ਦਸਣ ਮੋੜੋ ਨਾ ਤਾਂ ਖੇਦੀ ਮੈਂ ਮੈਂ ਉੱਥੇ ਕੀ ਕਰ ਮੈਨੂੰ ਇਹ ਪਹਿਲੂ ਪਤਾ ਹੁੰਦੋ ਹੀ ਨਾ ਤੇ ਮੈਂ ਇਹਨਾਂ ਦੇ ਬੂਵੇ ਤੇ ਲੱਗਣਾ ਵੀ ਕੋਈ ਨਾ ਮੇਰਾ ਦਿਮਾਗ ਖਰਾਬ ਆ ਹੁਣ ਲਾਇਆ ਕਿ ਆਇਆ ਉਹਦੇ ਬੂਵੇ ਤੇ ਲਾਤੀ ਨਹੀਂ ਲੱਗਦੀ ਪਈ ਐਡੀ ਹੋ ਗਈ ਅਗਲੀ ਮੈਂ ਤਾਂ ਲਾਇਆ ਮੈਥੋ ਵੀ ਰੈਨਾਂ ਦਾ ਜਿਆਦਾ ਮੈਂ ਤਾਂ ਹੁਣ ਇਸ ਗੱਲ ਦਾ ਵੀ ਦੁੱਖ ਪਿਆ ਲੱਗਦਾ ਵੀ ਜਿਹੜੇ ਨਾ ਮੁਰਬੇ ਪੇ ਖਵਾਇਨੋ ਹਾਂ ਤਮੋਰ ਤੋਂ ਬਾਜੀ ਬਾਜ ਕੇ ਲਾਇਆ ਮਾ ਜਤੈ ਨੋਦਣ ਵੀ ਆਖਿਆ ਬੇ ਕੋਈ ਨੂੰ ਰਾਣਾ ਤਾਂ ਨਾ ਹੈ ਚੰਗਾ ਹੈ ਦਵਾਈਆਂ ਹੀ ਥਈਆਂ ਨਹੀਂ ਪਈਆਂ ਤੇ ਉਹ ਪਈਆਂ ਸੀ ਥਈਆਂ ਸਾੜ ਕੇ ਨਾ ਜਾਮਣ ਵੀ ਨਾ ਲੈਣੋ ਹਾਂ ਤੇ ਇੱਕ ਗੋਲੀ ਵੀ ਨਾ ਪਈ ਕੱਢ ਕੇ ਦੇਵੀ ਪਿਓ ਲਾਇ ਦੇ ਸੁੱਸ ਗਿਆ ਉਹ ਜਿਹੜਾ ਡੇਰ ਵੀ ਰਾਗੀ ਲਾਇ ਗਿਆ ਸੁਣਾ ਪਿਓ ਉਹ ਉਹਨ ਖਰਚਾ ਕਰੇ ਸੋਸੋ ਤੇ ਉਹ ਉਹ ਉਥੈਂ ਰੱਖ ਸੋਸੋ ਤੇ ਲੈ ਦੇ ਸੀ ਨੂੰ ਦਵਾਈਆਂ ਛਵਾਈਆਂ ਵੀ ਮੁਰਬੇ ਹੁਣ ਚਾਰ ਦਿਨ ਜਿਹੜਾ ਨਾ ਪਿਓ ਦੇ ਬੂਵੇ ਤੇ ਬੈ ਕੇ ਖਾਵੇ ਬੜੀਆਂ ਦਵਾਈਆਂ ਔਲਾਦ ਐਸੀ ਤਾਂ ਮੁਰਬੇ ਵੀ ਹੋਏ ਖਵਾਈ ਸੀ ਨੂੰ ਯਾਦ ਰੱਖ ਸੀ ਕਿ ਇੱਥੇ ਲੋਡ ਕਰੇਂਦੀ ਐ ਤੋ ਉਹ ਜਿਹੜੇ ਅੰਦਰ ਪੈਣ ਹੁਣ ਚਾਰ ਦਿਨ ਜਿਹੜੇ ਕੱਢੇ ਮਹੀਨ ਤਾਂ ਖਵਾ ਲਈ ਮਾਤਾ ਆਪਣਾ ਆਪ ਵੰਜਾ ਛਣਿਆ ਹੋਰ ਕੀ ਤੂੰ ਖਾਵੇਂ ਨਾ ਤੈ ਉਹਨੂੰ ਪਰਾਂ ਬੇੜਾ ਠਿੱਲੋ ਸੋ ਆਹ ਕਾ ਸਚਾਰਾਂ ਦੀ ਪਈਏ ਜਲਾਇਆ ਵਾਂ ਮੈਨ ਲਗਦਾ ਅਲੂ ਪੈਨੂ ਵੇ ਪਕਾ ਲੈਣੀ ਹਣਾ ਜੀ ਦੇ ਮੋੜਾ ਅਲੂ ਕੱਲੇ ਨਾ ਬਣਾ ਹੋਰ ਮੈਂ ਲਾਇਆ ਮਨਾਉ ਦੋ ਅੰਡੇ ਵੇਚੋ ਵੀ ਬਣਾ ਲਵੀ ਅਲੂ ਅੰਡਾ ਚ ਬਣਾਵੀ ਆ ਲਾਇਆ ਮੇਰੇ ਤਾਂ ਉਹ ਸਾਈਡ ਤੇ ਸੇਰ ਨੂੰ ਪੀੜ ਚੜੀ ਹੋਏ ਦੇਲ ਨਹੀਂ ਪਾਂਦਾ ਉੱਠੀ ਹੋਏ ਹੋਏ ਆਪਸੀ ਅਲੂ ਅੰਡੇ ਖਾਂਦੇ ਵਤੀਏ ਤੇ ਇਹ ਦੀ ਵਾਸਤੇ ਤਾਂ ਸਾਨੂੰ ਮੁਰਗਾ ਲਿਆ ਕੇ ਝੋੜ ਕੇ ਖਵਾਉਣਾ ਪੰਦਾ ਹੈ ਨਾ ਲਾਉਣ ਖਾਂਦੀ ਰਸੀ ਉੱਥੇ ਝੋੜ ਮੁਰਗਾ ਖਾਵੇ ਤਾਂ ਬਾਵੇਂ ਕੱਟਾ ਖਾਵੇ तू आलू छेल मेरी माँ मा बाज के उठ दो यान देखा ले ना ओ मर्चा ते दाने पैन या हाँ, ले आ पैन ना पैन मर्चा चलो ठीक है अंडे दो नप्पी ले आ हाँ आओ वे बना लेने अंडे ओ ला वास होने आ बात तेरे रंगे ਉਹਨਾਂ ਨੇ ਕਰੂ ਕੜਿਆ ਤੇਰਾ ਮੈਨੂੰ ਪੋਤਰ ਵੇਖਣਾ ਦੇ ਛੜਿਆ ਚੰਨਾ ਰੱਗ ਕਿੰਨਾ ਮੁਬਸ਼ਰ ਤੋਂ ਕੜਮਾ ਤੈਨੂੰ ਕੋਈ ਨਹੀਂ ਪਤਾ ਕੀ ਆਲਾ ਮੀਆਂ ਮੈਨੂੰ ਪੁੱਤਰ ਦਿੱਤਾ ਏ ਸ਼ੁਕਰ ਮਾਪੇ ਗਰੂ ਨਿਕਲ ਜਾਂਦੋਂ ਮੈਂ ਤਾਂ ਨਿਕਲੇ ਆਂ ਬਈ ਚਲੋ ਘਰ ਦੇ ਹਾਲਾ ਥੋੜੇ ਮਾੜੇ ਆਇਆ ਜੇ ਪੁੱਤਰ ਐ ਕੜਮੇ ਉਹਨੇ ਚਾਹਦੇ ਵਿਚਾਰਾ ਸ਼ੋਦਾ ਮੇਰਾ ਪਿਓ ਖਿੜਾ ਆਇਆ ਉਹ ਮੈਂ ਹਕਲਾ ਬੰਦਾ ਹਸਪਤਾਲਾਂ ਦੇ ਬਾਜ-ਬਾਜ ਕੇ ਉਹ ਅੱਲਾ ਮੈਨੂੰ ਪੁੱਤਰ ਦਿੱਤਾ ਹੀ ਮੁਬਾਰਕ ਹੈ ਬੇ ਮੁਬਾਰਕ ਸਾਰੀਆਂ ਤੈਨ ਮੁਬਾਰਕਾਂ ਓ ਬੇ ਗੈਰ ਆਤਾ ਓ ਹੁਣ ਆ ਮਬਸ਼ਰੀ ਵੇਖ ਪੁੱਤਰੋ ਆ ਗਿਓ ਏ ਤੇ ਇਹ ਮੇਰੀ ਮੇਰੀ ਜੀ ਕਿਉਂ ਮੈਂ ਉਸੇ ਕੰਜਰ ਤੱਕ ਗਈ ਚਲੋ ਚਲੋ ਓ ਜਾਈ ਓ ਜਾਈ ਓ ਮਾਜਾ ਛੋਣਾ ਓ ਛੋਣਾ ਓ ਮੋਤਰੀ ਪੇ ਕਰਮਾ ਲੀਏ ਓ ਮੇਰੀ ਦੀ ਸੋਣੀ

ਬੜਾ ਵਾਯੰਤਰ ਇੱਕ ਰਾਤ ਤਾਂ ਹੋਈ ਤੇ ਜਨਾਬ ਅਲੀ ਮੇਰੀ ਦੀਨ ਮਲਾਇਕਾ ਵਾਗੇ ਫਾਸ ਪਤਾ ਮੈਂ ਕੋਈ ਨਾ ਨੂੰ ਪੁੱਤਰ ਦੇਵਣਾ ਨਾ ਵਿਖਾਉਣਾ ਨਾ ਨਿਕਾਇ। ਅਸਾ ਦੇਵਣਾ ਹੀ ਕੋਈ ਕੰਬਲੀ ਇਹ ਗੱਲ ਨਾ ਕਰ ਮੈਂ ਆਪਣਾ ਪੋਤਰ ਨੂੰ ਕੋਈ ਨਹੀਂ ਦੇਵਣਾ ਇਹ ਮੇਰੇ ਕੋ ਨਾ ਸੀ ਮੈਂ ਆਪ ਪੜਾਈ ਸਾ ਨਾ ਰੋਣਾ ਜੱਟ ਨਾ ਮੈਂ ਲੱਭ ਨਾ ਕਰਿਆ ਨਾ ਕਰ ਕੀ ਹੋਗੀ ਨਾ 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 ਗਾਲ ਲੇ ਪਤਾ ਲੱਗਾ ਨਾ ਆਪਣੇ ਜੱਮ ਮੇ ਵਾਲ ਸਿਖਾਈਂਦੇ ਨਾ ਨਾ ਉਹਨੂੰ ਨਾ ਕਰ ਨਾ ਕਰ ਪੀਓ ਜੇ ਤਾਂ ਮੈਂ ਮਰੈਂਦਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਤੇ ਚੰਗਾ ਕਰੈਂਦਾ ਯਾਰ ਮੇਰਾ ਪੁੱਤ ਕੀ ਦੇ ਹਾਂ ਤੁਹਾਨੂੰ ਕਹਿੰਦਾ ਸਿਆ ਸਲਾਮ ਅਲੈਕੁਮ ਸਾਨੂੰ ਹੀ ਮੋੜ ਪਤਾ ਲੱਗ ਗਈ ਗਿਆ ਮਾਮੇ ਤਾਂ ਛੜਾ ਫੋਨ ਹੀ ਨਾ ਚੱਕੀ ਤੋ ਆਇਆ ਨਾ ਮੈਂ ਠੀਕ ਹੈ ਪਿਛਾਤ ਕਰ ਆ ਬਾਬਾ ਕਰ ਪਿਛਾਤ ਕਰ ਮਾਮਾ ਮੈਨੂੰ ਵੇਖਣ ਤਾਂ ਦੇ ਇਹ ਮਾਮਾ ਨਾ ਮੈਂ ਸਦੀ ਨਾ ਤੂੰ ਮੇਰਾ ਬਣਿਆ ਮਾਮਾ ਜੋ ਹੈ ਤਾਂ ਮਾਮਾ ਉਹ ਚੁੱਪ ਕਰ ਖਲੋ ਚੁੱਪ ਕਰ ਖਲੋ ਚੁੱਪ ਕਰ ਖਲੋ ਤੇ ਮੋੜਣਾ ਸੀ ਨਾ ਵੇਖੀਏ ਨਹੀਂ ਕੋਈ ਨਹੀਂ ਵੇਖਣਾ ਕਿਉਂ ਤੁਹਾਡਾ ਇਹ ਸ਼ਕਲਾਂ ਇਹ ਛੋੜ ਨਾ ਵੇਖੇ ਸਮਝ ਆਈ ਤੂੰ ਤਾਂ ਕੁਝ ਪਿਓ ਨੂੰ ਸਮਝਾ ਮੇਰਾ ਪੋਤਰੇ ਮੇਰਾ ਜਿਗਰ ਏ ਤੇ ਉਹ ਸਲ ਜਿਗਰ ਕਿਦੇ ਆਈ ਜਸਲ ਉੱਥੇ ਮੈਂ ਨਾ ਕਹਿਣ ਲੈ ਜਾ ਉਹ ਲੈ ਜਾ ਬੰਦਾ ਘਰ ਚ ਅੱਗੇ ਕੋਈ ਨਹੀਂ ਲਾੜ ਪੰਦੇ ਤੂੰ ਜਿਹੜੀ ਆ ਨਾ ਤੂੰ ਫੱਫੇ ਕਰੂ ਨਹੀਂ ਤੂੰ ਮਰਨ ਦੀ ਛੇਰ ਨਹੀਂ ਤੂੰ ਚੁੱਪ ਕਰ ਚੁੱਪ ਕਰ ਮੈਂ ਕੋਈ ਨਹੀਂ ਦੱਸੋ ਉਹ ਸਲ ਤੂੰ ਪਿਆ ਨਹੀਂ ਆ ਵਿਛੇਰੇ ਮਾਟਰਾ ਸੌਣ ਕਰਾ ਕੇ ਆਈ ਤੇ ਮੋੜ ਇਹ ਦੱਸੋ ਅਟਰਾ ਸੌਂਡ ਹੋਇਆ ਵੀ ਹੋਵੇ ਨਾ ਤੇ ਜਿਹੜਾ ਰੱਬ ਕਰੇ ਉਹ ਹੁੰਦਾ ਹੈ ਮੇਰੀ ਸੁਣੇ ਨਾ ਮੇਰੀ ਜਿਹੜੀ ਹੈ ਨਾ ਪਿਤਰੇਰ ਉਹ ਜਿਹੜੀ ਰਹਦੀ ਵਗਾ ਚੋ ਹਾਂ ਉਹਦਾ ਪ੍ਰੈਸ਼ਰ ਹੋ ਗਿਆ ਸੱਚੇ ਬੱਚੇ ਦਾ ਆਲਾ ਵੀ ਡਾਕਟਰ ਆਖਿਆ ਹੁਣ ساری ਜ਼ਿੰਦਗੀ ਇਹ ਬੱਚਾ ਨਹੀਂ ਹੋਗਾ ਬੱਚਾ ਜਨਮ ਵੀ ਨਹੀਂ ਸਕਦਾ ਤੇ ਉਹਨ ਬੱਚਾ ਉਸ ਤੋਂ ਬਾਅਦ ਦੋ ਬਾਲ ਹੁੰਦੇ ਜਮ ਯਾਰ ਅੱਲਾਹ ਤਾਲਾ ਦੇਵਣ ਵਾਲਾ ਹੁੰਦਾ ਹੈ ਅੱਲਾ ਸੋਣਾ ਹੁੰਦਾ ਹੈ ਆਏ ਮਨੁਸਤ ਮੰਨ ਵਾਲੇ ਹੁੰਦੇ ਸੋਨਾ ਲਾ ਦੇਵਣਾਲੋ ਮੋੜ ਜੇ ਤੱਕੋਂ ਦੇ ਨਾ ਕੁੜੀਂ ਦੀ ਪਈ ਹੋਵੇ ਹੋਵੇ ਕੌਣ ਪਤਾ ਹੈ ਕੌਣ ਉਹ ਸ਼ਰੀਕ ਹੀ ਬੰਦਾ ਪਿਆ ਓਏ ਸ਼ਰੀਕ ਕੋਈ ਨਹੀਂ ਉਹ ਸ਼ਰੀਕ ਕਰਕੇ ਵਗ ਜਾਓ ਵਗ ਮੈਂ ਤੈਨੂੰ ਇੱਜ਼ਤ ਕਰਨਾ ਹੁਣ ਗੱਲ ਸੁਣ ਬੇਗਰਤ ਨਿਕਲੋ ਅੱਛਾ ਚਾਚਾ ਅੱਬਾ ਮੈਂ ਇਹਨਾਂ ਨੂੰ ਆਪਣਾ ਪੁੱਤਰ ਕੌਣ ਦੇਖਾਉਣਾ ਹੀ ਕੋਈ ਨਹੀਂ ਦੇਣਾ ਕਿਉਂ ਨਹੀਂ ਫਰਜ਼ਾਨ ਮੇਰੀ ਇੱਜ਼ਤ ਵੀ ਕਾਇ ਨਹੀਂ ਮੇਰੀ ਇੱਜ਼ਤ ਵੀ ਕਾਇ ਨਹੀਂ ਬਿਝੋ ਤੱਕ ਕਰੋ ਹੁਣ ਮੈਂ ਆਹ ਦਾਦਾ ਜਿਆ ਸੋਣਿਆ ਤਾ ਤੇ ਬਚਦੇ ਆ ਬਚ ਜਾ ਤੂੰ ਬਾ मामा आखिया और... दसो है वो कीती ते, लांती काम ने दारू तो थोड़ा हो रहा दो में मेरी मनी काक नहीं है तो आने आई है मिले नई लड़के ही आई ना, ना। माफी मंगो ना

ਬੜਾ ਬੜਾ ਤਾਂ ਜਾ ਖੁਦ ਰਿਆ ਨਾ ਇਹ ਤਾਂ ਮੇਰੀ ਮਾਂ ਜਾਈ ਆਈ ਨਾ ਉਹਦੇ ਮੇਰੇ ਦੀਦਾ ਜੀ ਆ ਗਿਆ ਕਾ ਮਾਮਾ ਰੋ ਕੋਈ ਨਾ ਮਾਫੀ ਉਹ ਬੜਾ ਨਹੀਂ ਤੇ ਤੂੰ ਵੀ ਮੈਨੂੰ ਮਾਫ ਕਰ ਦੇ ਤੇ ਤਾਂ ਆਪਾਂ ਮੇਰਾ ਘਰ ਆ ਲੈ ਨਾ ਇਹਨੂੰ ਤਾਂ ਚੰਗਾ ਇਹ ਤਾਂ ਸਮਝਿਆ ਮੈਂ ਬੇਦਾਦ ਆ ਗਿਆ ਨਾ ਔਰ ਚੰਨਾ ਵਰਗਾ ਆਪ ਨੂੰ ਪਿਆਦਾ ਉੱਤੇ ਝਕਾ ਲੈ ਹੋਰ ਆ ਦਾਦੀ ਦਾਦੀ ਰੱਖੀ ਨਾ ਨਾ ਤੇ ਆਪਣੇ ਪੋਤ ਨੂੰ ਘਰ ਲਾ ਦੇ ਸਾ ਕਿ ਆਪਣੇ ਪੋਤੇ ਆ ਵੇਖ ਕੈਸ ਤੇ ਹਾਂ ਹੈਂ ਰਗਵਾ ਬੇਈਮਾਨ ਮੁਬਸ਼ਰ ਵਰਗਾ ਯੋਦੂ ਵੇ ਪਰ ਲੈ ਨਾ ਮੇਰਾ ਕੋਈ ਨਾ ਜਵਾਬ ਵੱਸ ਜਿਹੜਾ ਦੱਸ ਬੇਲਾ ਸੋਣਾ ਸਨ ਪੋਤਰ ਦੇਵੇ ਜਿਹੜੇ ਔਲਾਦ ਢੁੱਡਣ ਗਏ ਨਾ ਅਜੇ ਤੇ ਨਹੀਂ ਹਟੇ ਜਿਹੜੀ ਕਾਰਤੂਨ ਕੀਤੀ ਰੱਖੀ ਐ ਤੇਰਾ दारू ਤਾਂ ਹੋ ਰਾ ਪਰ ਚਲੋ ਹੁਣ ਮੈਂ ਵਿੱਚੋ ਪੱਟ ਪੱਡੇ ਕਰਾਂ ਯਾ ਮੈਂ ਗਲਤ ਗੱਲ ਕਰਾਂ ਨਾ ਤੇ ਬੰਦੇ ਆਖਣਾ ਆਊਗਾ ਸ਼ੁੱਧ ਨਹੀਂ ਆ ਜਿਵੇਂ ਤੁਸੀਂ ਆਖੋ ਓਵੇਂ ਠੀਕ ਹੈ ਅਸੀਂ ਨੂੰ ਆ ਮੈਂ ਮੈਂ ਮੁਬਸ਼ਰ ਨੂੰ ਆਂ ਦੇ ਰਾਈ ਮੁਬਸ਼ਰ ਉਤਨਾ ਕੋ ਜ਼ੁਲਮ ਕਰ ਜਿਤਨਾ ਸਹਿ ਸਕੇ ਹੁਣ ਸੁਣ ਰੱਬ ਦੀ ਲਾਠੀ ਬੜੀ ਬੇਆਵਾਜ਼ ਹੈ ਹੁਣ ਗੱਲ ਸੁਣੇ ਨਾ ਮੇਰੀ ਮੇਰੀ ਮੰਗੇਤਰ ਹੈ ਮੇਰੇ ਘਰੋਂ ਮੇ ਆ ਪਤਾ ਨਹੀਂ ਪੋਤਰ ਨਾ ਹੋ ਵੀ ਆ ਇਹ ਉਹਦੀ ਕਿਸਮਤ ਚੰਗੀ ਹੈ ਤੇ ਚਲੋ ਉਸ ਤੇ ਧੱਕੇ ਵੀ ਦਿੱਤੇ ਨੂੰ ਤੇ ਅੱਜ ਪੋਤਰ ਤਾਂ ਹੈ ਹੀ ਨਾ ਉਹ ਗੱਲ ਸੁਣ ਮੇਰੀ ਕਿਆ ਵੀ ਖੜੇ ਆ ਮਾਫੀ ਵੀ ਮੰਗੀ ਖੜੇ ਆ ਅੱਜ ਤੂੰ ਬਾਦੇ ਤੇਰਾ ਨਾ ਕਰਨ ਤੂੰ ਮੈਂ ਇਹ ਦੱਸਣਾ ਜਿਹੜੀ ਕਾਰੀ ਨਾ ਦੇ ਨਾ ਮੈਂ ਕਰਨੀ ਹੈ ਨਾ ਮوڑ ਇਹ ਜਾਣੇ ਤੇ ਮੈਂ ਜਾਣਾ ਪਤਾ ਕੀ ਅੱਲਾਹ ਤਾਲਾ ਖੁਦ ਫਰਮਾ ਗਿਆ ਹੈ ਅਗਰ ਜੇ ਮੇਰੇ ਤੋਂ ਬਾਅਦ ਸਜਦਾ ਹੋਇਆ ਨਾ ਉਸ ਹਾਈਨ ਹੋਇਆ ਮੇਰਾ ਪਿਓ ਜੀ ਮੈਂ ਕਰ ਦੇ ਵੇ ਘਰ ਮੈਂ ਉਹ ਉਸੇ ਇਤਕਾਮ ਲੇਕਿਨ ਮੈਨੂੰ ਸਟਾਮ ਕਰਾ ਦਿਓ ਹੁਣ ਤੇ ਮੇਰਾ ਪੋਤਰ ਸਾਡੀ ਸਟਾਮ ਹਾਂ ਸਟਾਮ ਜਨ ਕਰਾ ਦੇ ਵੀ ਕਰ ਦੇ ਸੋਨ ਹਜੇ ਵੀ ਆਪਾ ਦਰ ਵਈਆ ਸੋਨ ਹਜੇ ਪੇਜ ਨਹੀਂ ਇਹਦੇ ਕੋਲ ਮੈਨੂੰ ਚਲੋ ਮੇਰਾ ਪੁੱਤ ਵੱਗ ਜਾ ਤੇਰਾ ਘਰ ਉਹ ਤੇਰਾ ਪਿਆਰ ਵੀ ਕਰਦੀ ਏ ਇਹ ਲਾਡੂ ਜਿਹੜਾ ਜਮਿਆ ਪਿਆ ਇਹ ਇਨਾ ਆਂਦਾ ਗੱਲ ਤਾਂ ਸੁਣ ਚਾਚਾ ਚਾਚਾਈ ਦੂ ਤਾ ਵੇਖੋ ਚਲੋ ਮੈਂ ਤੇਰਾ ਮੀਆਂ ਸੱਕਾ ਨਾ ਸਈ ਕਿਉਂ ਤੂੰ ਮੇਰਾ ਸੱਕਾ ਪੁੱਤਰ ਮੋੜ ਮੈਂ ਆਹ ਅੱਲਾ ਦੇ ਨਾਮ ਮੇਰੀ ਮਾਂ ਲਾ ਇਹ ਹੁਣ ਵੇਖੇ ਨਾ ਘਰ ਬੂਹੇ ਤੇ ਬੈਠੀ ਰਹੇ ਤੇ ਬੰਦੇ ਤੇ ਬੰਦਾ ਬੰਦਾ ਹੱਥ ਫਾਸ ਸਕਦਾ ਮੂੰਹ ਨਹੀਂ ਫਾਸ ਸਕਦਾ ਤੇ ਰੋਲਾ ਕਾਟੋ ਠੀਕ ਹੈ ਮੈਂ ਬੱਕਰੀ ਵੀ ਛੋੜ ਕੇ ਇਨਾਂ ਦੇ ਚਾ ਉਹ ਮੇਰੇ ਲਾਡੂ ਦੇ ਨਾਮ ਦੀ ਮੈਂ ਮੈਂ ਤੁਹਾਨੂੰ ਦੱਸਾਂ ਦੋ ਦੋ ਕਿ ਦੇ ਇੱਥੇ ਰਾਣ ਦੇ ਤੇ ਅਟਕਾਠਾ ਉਥੇ ਹੀ ਕਰ ਲਵੇ ਅਟਕਾਠਾ ਉਥਾਂ ਹੀ ਬਾਲੀ ਕਰ ਲਵੇ ਸ਼ਕਦੀ ਤੁਸੀਂ ਵੀ ਤੇ ਹੀ ਰਹੋ ਤੁਹਾਡਾ ਦੋ ਦੇ ਥਾਂ ਹੀ ਰਾਇ ਪਾਓ ਇਹ ਹੌਨ ਸਾਲਾ ਇੱਥੇ ਨਵੇਂ ਅੰਮੀ ਤੂੰ ਆ ਦੋ ਦੇ ਇੱਥੇ ਰਹਿ ਪੋਰੀ ਇਹ ਦੇ ਆ ਆ ਬੱਕਰੀ ਵੀ ਲੈ ਜਾਵੇ ਇਹਨਾਂ ਵੀ ਲੈ ਜਾਵੇ ਆਪਣਾ ਪੁੱਤਰ ਵੀ ਲੈ ਜਾਵੇਂ ਅਸ ਹਲਾ ਹੋਵੇ ਭਰਾਵਾ ਅੱਡ ਕਾਠੇ ਤੇ ਦਿਲ ਕਰਦੇ ਤੇ ਸ਼ਾਂਸਾ ਦਿਆ ਜੇ ਨਾ ਕਰਦੇ ਤੇ ਸ਼ਾਂਸਾ ਨਹੀਂ ਹੈ ਸਖੀਆਂ ਕਰਨਾ ਗਾਰਸਨ ਮੁਬਸ਼ਰ ਬਾਜਾ ਇੱਥੇ ਗਾਰਸ ਤੂੰ ਮੇਰਾ ਸਿਰਦਾ ਸਾਈਂ ਹੈ ਠੀਕ ਹੈ ਨਾ ਤੂੰ ਤਾਜ ਵੀ ਹੈ ਮੇਰੇ ਸਿਰ ਦਾ ਲੇਕਿਨ ਤੈਨੂੰ ਵੇਖਣਾ ਚਾਹੀਦਾ ਹੈ ਮੈਂ ਕਿਸੇ ਦੀ ਜੰਮੀ ਆ ਜੇ ਨਾਲ ਮੈਂ ਜ਼ੁਲਮ ਕਰਦਾ ਪਿਆ ਮੈਂ ਉਸ ਗਲਤੀ ਦੀ ਮਾਫੀ ਮੰਗਦਾ ਲੇਕਿਨ ਮੈਂ ਤਨ ਮੋੜ ਵੀ ਮaaf ਕਰ ਛੱਡਿਆ ਅੱਛਾ ਕੋਈ ਨਹੀਂ ਕੋਈ ਦੂਈ ਗਾਲੇ ਦੋਕ ਦਿਹਾੜੇ ਮੈਨੂੰ ਰਾਂ ਦੇ ਮੇਰੀ ਤਵੀਅ ਥੋੜੀ ਜਿਹੀ ਨਹੀਂ ਠੀਕ ਆ ਉਹ ਵੀ ਇੱਥੇ ਹੀ ਐਨ ਉਹ ਵੀ ਉਹ ਵੀ ਥਾਈ ਐ ਉਹ ਵੀ ਥਾਈ ਇਹਦਾ ਹਲਵਾ ਬਣਾਇਆ ਨਾ ਆ ਆ ਪੇਜ ਦੇ ਸਿੱਖਿਓ ਆਂ ਘਿਓ ਨਹੀਂ ਆਇਆ ਪਿਆ ਉਹ ਦਾ ਮਾਰ ਗਿਆ ਇਸ ਮੈਂ ਤਾਂ ਜ਼ਿੰਦਾ ਕੜਮਾ ਹਾਂ ਅੱਲਾ ਕਰੇ ਅੱਬਾ ਤੂੰ ਤੇ ਮੇਰੇ ਸਰ ਤੇ ਜ਼ਿੰਦਾਰਾ ਮੈਂ ਆਤੇ ਮੈਂ ਜਾਂਦਾ ਪਿਆ ਮੈਂ ਨਾ ਗੋਸ਼ਤ ਲੈ ਆਉਣਾ ਆ ਲਾਇਆ 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 ਚਲੋ ਆਏ ਬੈਠ ਲਓ پیسے ਮੈਂ ਦੇ ਦਿੰਨਾ ਨਹੀਂ 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 ਉਹ ਤੇਰੇ ਕਿਤੇ ਕੋਈ ਬਾਹਰ ਹੈ ਉਹ ਕੋਈ ਨਹੀਂ ਰੋਣਾ ਜਿਵੇਂ ਉਸ ਵੇ ਤੇ ਗਿਆ ਨੇ ਆਪਣੇ ਬੂਏ ਤੇ ਉਸੇ ਆਪ ਖਰਚਾ ਕਰਦੇ ਕੋਈ ਸਾਡਾ ਵੀ ਬਾਲ ਤੇ ਆ ਕੇ ਹਲੇ ਬੋਲੋ ਡਰਾਈਨ ਨਾ ਬਹੁਤ ਬਹੁਤ ਬਾਤ ਕਿੰਨੀ ਪਿਆਰੀ ਹੈ ਮਾ ਵੀ ਆਪਣੀ ਮਾਂ ਨੂੰ ਬਹੁਤ ਪਿਆਰਾ ਹਾਂ ਮੈਂ ਮਾਂ ਕੀ ਕਰਤਾ ਜੀ ਜਾ ਜਾ ਬਣਾ 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 ઓਰਾ ਭਾਜਾ ਤੈਨੂੰ ਚੁੱਲਾ ਦਸਾ ਬਹੁਤ ਵਾਤਾ ਸਿਓਨ ਅੱਲਾ ਨਸੀਬ ਕਰਨਾ ਤੇ ਜ਼ਿੰਦਗੀ ਅੱਜ ਤੂੰ ਪਿੱਛੇ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਤੇਰੇ ਨਾਲ ਨਾ ਲੜਸਾਂ ਗਿਆ ਅਗਲੀਆਂ ਗਲਤੀਆਂ ਦੀ ਮੈਨੂੰ ਮਾਫੀ ਦੇਵੀਂ ਚਾਹ ਮੈਂ ਤੇਰਾ ਬਹੁ ਗੁਨੇਗਾਰ ਹਾਂ ਮੈਂ ਤੈਨੂੰ ਉਹਦਾ ਹੀ ਮਾਫ ਕਰ ਛੱਡੇ ਜਿਦਾਂ ਮੈਨੂੰ ਪੁੱਤਰ ਦੇ ਛੱਡੇ ਠੀਕ ਹੈ ਨਾ ਮੈਂ ਤੇਰੇ ਤਰ੍ਹਾਂ ਡਿਡੂ ਬਈ ਮਾਨ ਨਹੀਂ بس غلطیاں ਕੁੱਤਾਈਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਤੇ ਤੈਨ ਮ ਕੀ ਆ ਨਿਆਮੋ ਸੋਨੇ ਰਾਤ ਨੇ ਦਿੱਤੀ ਉਲਾਦ ਹੁੰਦੀ ਏ ਤੀ ਹੋਵੇ ਪੋਤਰਾ ਹੋਵੇ ਨਾ ਤੀ ਹੋਵੇ ਤੋ ਕੀ ਕਰਮਾ ਲਈ ਹੁੰਦੀ ਏ